ਸਲਾਮ ਅਲੈਕੁਮ ਜੀ ਨਾਜ਼ਰੀਨ, ਕੀ ਹਾਲ ਚਾਲ ਹੈ ਤਮਾਮ ਦੋਸਤਾਂ ਦਾ। ਮੈਂ ਤੁਹਾਡਾ ਸੱਜਣ ਅਤੇ ਮਿੱਤਰ ਅਰਬਾਜ਼ ਸਾਦਿਕ। ਅੱਜ ਅਸੀਂ ਬਹੁਤ ਹੀ ਵੱਡੇ ਘਰ ਦੇ ਵਿੱਚ ਮੌਜੂਦ ਹੈਗੇ ਹਾਂ। ਇੱਕ ਤਾਰੀਖ ਸਾਜ਼, ਇੱਕ ਹਿਸਟੋਰੀਕਲ ਮੈਨ ਕੋਲ ਮੌਜੂਦ ਹੈਗੇ ਹਾਂ, ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕਰ ਹੁਣ ਤੀਕਰ ਆਪਣੀ ਅੱਖਾਂ ਦੇ ਸਾਹਮਣੇ ਦੌੜ ਨੂੰ, ਅਦਵਾਰ ਨੂੰ ਗੁਜ਼ਰਦੇ ਵੇਖਿਆ, ਕਬੂਤਰਾਂ ਨੂੰ ਬਣਦੇ ਹੋਏ ਵੇਖਿਆ। ਇਸ ਘਰ ਦੀ ਅਗਰ ਮੈਂ ਗੱਲ ਕਰਾਂ ਤਾਂ ਬਰੀਡਸ ਜਿਹੜੀ ਪੂਰੀ ਦੁਨੀਆ, ਪੂਰੇ ਜਹਾਨ ਦੇ ਵਿੱਚ ਬਰੀਡਸ ਫੈਲੀਆਂ ਨੇ, ਇਸ ਘਰੋਂ ਟੁਰੀਆਂ ਨੇ। ਦਿਲਾਵਰ ਖਾਨ ਸਾਹਿਬ ਦੇ ਇਹ ਭਤੀਜੇ ਹੈਗੇ ਨੇ, ਉਸਤਾਦ ਗੋਗੀ ਖਾਨ ਸਾਹਿਬ, ਔਰ ਮਾਸ਼ਾਅੱਲਾ ਲੈਜੈਂਡ ਇੱਕ ਨਾਂ ਹੋਇਆ, ਇੱਕ ਵੱਡਾ ਪਲੇਅਰ, ਇੱਕ ਲੈਜੈਂਡ ਪਲੇਅਰ ਹੋਇਆ ਦਿਲਾਵਰ ਖਾਨ ਸਾਹਿਬ, ਜੋ ਕਿ ਦੌਰੇ ਹਾਜ਼ਰ ਦੇ ਵਿੱਚ ਅਤੇ ਨਹੀਂ ਸਾਡੇ ਨਾਲ ਮੌਜੂਦ। ਅੱਲਾਹ ਉਹਨਾਂ ਨੂੰ ਫਰਦੋਸ 'ਚ ਜਗ੍ਹਾ ਦੇ। ਲੇਕਿਨ ਜਿਹੜੇ ਪੁਰਾਣੇ ਪਲੇਅਰ ਨੇ, ਪੁਰਾਣੇ ਲੈਜੈਂਡ ਅਸਾਤਜ਼ਾ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਸ਼ੁਮਾਰ ਹੁੰਦਾ। ਔਰ ਅਗਰ ਬਰੀਡਸ ਦੀ ਗੱਲ ਕੀਤੀ ਜਾਏ ਤਾਂ ਪੂਰੇ ਪਾਕਿਸਤਾਨ ਦੇ ਵਿੱਚ ਜਾਂ ਪੂਰੇ ਲਾਹੌਰ ਦੇ ਵਿੱਚ ਜਿੱਥੇ ਜਿੱਥੇ ਬਰੀਡਸ ਮੁਤਾਰਫ ਹੋਈਆਂ, ਇਸ ਘਰ ਤੋਂ ਹੀ ਟੁਰੀਆਂ ਨੇ। ਸਭ ਤੋਂ ਪਹਿਲੇ ਲਾਲ ਅੱਖੇ ਕਬੂਤਰ ਇਸ ਘਰ 'ਚ ਆਏ, ਸਭ ਤੋਂ ਪਹਿਲੇ ਚਿੱਟੀਆਂ ਅੱਖਾਂ ਵਾਲੇ ਕਬੂਤਰ ਵੀ ਇਸ ਘਰ ਤੋਂ ਹੀ ਚੱਲੇ। ਜਿਸ ਤਰ੍ਹਾਂ ਮੀਆਂ ਨਜ਼ੀਰ ਸਾਹਿਬ ਵੱਲ ਨਾਂ ਚੱਲਦਾ, ਚੋਈ ਸਾਹਿਬ ਵਾਲਾ ਨਾਂ ਚੱਲਦਾ, ਔਰ ਮਹਿਰਾ ਦਾ ਘਰ ਦਾ ਨਾਂ ਲਿੱਤਾ ਜਾਂਦਾ ਕਿ ਇਹਨਾਂ ਦੇ ਘਰਾਂ ਦੀ ਬਰੀਡ। ਅਗਰ ਇਹਨਾਂ ਤੋਂ ਵੀ ਕੋਈ ਪੁਰਾਣੇ ਕਬੂਤਰ ਹੈਗੇ ਨੇ ਤਾਂ ਉਹ ਦਿਲਾਵਰ ਖਾਨ ਸਾਹਿਬ ਵਾਲੇ ਕਬੂਤਰ ਨੇ, ਜੋ ਕਿ ਉਹ ਇੰਡੀਆ ਤੋਂ ਲਿਆਏ ਸੀ ਜਦੋਂ ਟਰੈਵਲ ਹਿਜਰਤ ਉਹਨਾਂ ਨੇ ਕੀਤੀ। ਫੈਮਲੀਜ਼ ਇੱਥੇ ਆਈਆਂ, ਬਸਰ ਹੋਈਆਂ, ਆਪਣੇ ਨਾਲ ਕਬੂਤਰ ਹੀ ਲਿਆਏ ਸੀ। ਔਰ ਮਾਸ਼ਾਅੱਲਾ ਉਹ ਕਬੂਤਰਾਂ ਦਾ ਤੁਹਾਨੂੰ ਪਤਾ ਕਿ ਪੂਰੀ ਦੁਨੀਆ 'ਚ ਚਰਚਾ ਹੈਗਾ। ਅਲ ਮਸ਼ਹੂਰ ਬਰੀਡ ਹੈਗੀ ਹੀਰਾ ਲਾਲ, ਲਾਲ ਅੱਖੇ ਜਿਹੜੇ ਕਬੂਤਰ ਨੇ ਸੰਧੂਰੀ ਪਲਕਾਂ ਵਾਲੇ ਇੱਥੋਂ ਚੱਲੇ। ਗੋਲਡਨ ਕਬੂਤਰ ਵੀ ਇਸੇ ਘਰ ਦੀ ਪੈਦਾਵਾਰ ਹੈਗੀ ਹੈ, ਚਿੱਟੀਆਂ ਅੱਖਾਂ ਵਾਲੇ ਵੀ ਇਸੇ ਘਰ ਦੀ ਪੈਦਾਵਾਰ ਹੈਗੀ ਹੈ। ਅਤੇ ਅੱਜ ਸਾਨੂੰ ਸ਼ਰਫ ਹਾਸਲ ਹੋਇਆ ਕਿ ਇਸ ਘਰ ਅਸੀਂ ਆਈਏ, ਸਾਡੇ ਲਈ ਵੀ ਬੜਾ ਇਜ਼ਾਜ਼ ਦੀ ਗੱਲ ਹੈ, ਸਾਡੇ ਲਈ ਵੀ ਬੜਾ ਇਹਤਰਾਮਨ ਗੱਲ ਹੈ ਕਿ ਅੱਜ ਅਸੀਂ ਉਸਤਾਦ ਗੋਗੀ ਖਾਨ ਸਾਹਿਬ ਦਾ ਇੰਟਰਵਿਊ ਕਰ ਸਕੀਏ। ਅਤੇ ਇਨਸ਼ਾਅੱਲਾ ਤੁਹਾਨੂੰ ਵੀਡੀਓ ਦਾ ਇੰਤਹਾਈ ਮਜ਼ਾ ਆਏਗਾ, ਸ਼ੌਕ ਦਾ ਇੰਤਹਾਈ ਮਜ਼ਾ ਆਏਗਾ, ਔਰ ਬੜਾ ਕੁਛ ਹਿਸਟਰੀ ਦੇ ਹਵਾਲੇ ਨਾਲ ਅਸੀਂ ਅੱਜ ਫਰੋਲਾਂਗੇ ਉਸਤਾਦ ਹੋਰਾਂ ਨੂੰ। ਉਸਤਾਦ ਹੋਰਾਂ ਦੀ ਜਿਹੜੀ ਲਾਈਫ ਸਾਰੀ ਕਬੂਤਰਬਾਜ਼ੀ 'ਚ ਗੁਜ਼ਰੀ, ਬਾਜ਼ੀਆਂ ਦਾ ਸ਼ੌਕ ਵੀ ਕਰਦੇ ਰਹੇ ਨੇ ਅਤੇ ਹੁਣ ਵੀ ਬਾਜ਼ੀਆਂ ਲਈ ਅਵੇਲੇਬਲ ਹੈਗੇ ਨੇ। ਅਤੇ ਚਲੀਏ ਹੁਣ ਉਸਤਾਦ ਹੋਰਾਂ ਨਾਲ ਗੁਫ਼ਤਗੂ ਦਾ ਸਿਲਸਿਲਾ ਸ਼ੁਰੂ ਕਰੀਏ। ਅਸਲਾਮ ਅਲੈਕੁਮ ਸਰ ਜੀ। ਜੀ ਵਾਲੇਕੁਮ ਸਲਾਮ। ਉਸਤਾਦ ਦੇ ਮੋਹਤਰਮ, ਕੀ ਹਾਲ ਚਾਲ ਹੈ ਜੀ? ਮਿਹਰਬਾਨੀ, ਥੋੜ੍ਹਾ ਜਿਹਾ ਨਾ ਤੁਸੀਂ ਲਾਊਡ ਹੀ ਬੋਲਣਾ। ਅੱਛਾ ਉਸਤਾਦ ਜੀ, ਸਭ ਤੋਂ ਪਹਿਲੇ ਤਾਂ ਸਾਨੂੰ ਸਟਾਰਟਿੰਗ ਦੱਸੋ, ਕਿਸ ਤਰ੍ਹਾਂ ਸਟਾਰਟ ਹੁੰਦਾ ਲਾਲ ਅੱਖੇ ਕਬੂਤਰਾਂ ਦਾ ਆਉਣਾ ਪਾਕਿਸਤਾਨ 'ਚ, ਬਣਨਾ, ਇਹਨਾਂ ਦਾ ਬਣਨਾ, ਫਿਰ ਮਸ਼ਹੂਰ ਹੋਣਾ, ਫਿਰ ਪੂਰੀ ਦੁਨੀਆ 'ਚ ਫੈਲਣਾ? ਦੇਖੋ ਜੀ, ਇਹ ਜਦੋਂ ਮੈਂ ਕਹਿ ਲਓ ਕਿ ਚੌਥੀ ਕਲਾਸ, ਫੋਰਥ 'ਚ ਪੜ੍ਹਨਾ ਸਰ, 10 ਸਾਲ ਦਾ ਹੋਵਾਂਗਾ ਜਦੋਂ ਮੈਂ ਇਸ ਫੀਲਡ 'ਚ ਆਇਆ, ਔਰ ਦਿਲਾਵਰ ਸਾਹਿਬ ਖਾਨ ਸਾਹਿਬ ਮੇਰੇ ਤਾਇਆ ਜੀ ਬੜਾ ਪਿਆਰ ਕਰਨ ਵਾਲੇ ਮੈਨੂੰ, ਉਹਨਾਂ ਦੀ ਵਿਸਾਤਤ ਨਾਲ ਮੈਨੂੰ, ਯਾਨੀ 62 'ਚ ਉਹਨਾਂ ਨੇ ਮੈਨੂੰ ਕਬੂਤਰ ਫੜਨਾ ਸਿਖਾ ਦਿੱਤਾ ਸੀ। ਉਸ ਤੋਂ ਬਾਅਦ ਫਿਰ ਚੱਲਦੇ ਰਹੇ ਹਾਂ। ਅਤੇ ਇਹ ਜਿਹੜੀ ਲਾਲ ਅੱਖ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਲਾਲ ਅੱਖ ਸਾਡੇ ਘਰ ਤੋਂ ਹੀ ਚੱਲੀ ਹੈ। ਸਹੀ ਗੱਲ ਹੈ। ਮੈਂ ਉਹ ਸੰਭਾਲੀ ਹੈ 62 'ਚ, ਅਤੇ ਉਦੋਂ ਦੀ ਮੇਰੇ ਕੋਲ 62 ਦੇ ਵਿੱਚ ਲਾਲ ਅੱਖ ਸੀ, ਸੰਧੂਰੀ ਪਲਕ ਸੀ। ਸੰਧੂਰੀ ਪਲਕ, ਇਹ ਜਿਹੜੇ ਸੰਧੂਰੀ ਪਲਕ ਵਾਲੇ ਕਬੂਤਰ ਸਨ, ਇਹ ਓਰੀਜਨਲ ਜੈਨੂਨ ਬਰੀਡ ਜਿਹੜੀ ਸੀ, ਇਹ ਸੀ ਇਹ ਭਾਈ ਛੋਟੇ ਮੇਰੇ, ਨਾਮ ਗਿਆਸ ਖਾਨ ਸਾਹਿਬ। ਅਸਲਾਮ ਅਲੈਕੁਮ ਸਰ। ਨਾਲ ਹੀ ਰੱਖਣਾ, ਠੀਕ। ਅਤੇ ਉਹ ਆਪਣਾ ਜਿਹੜੇ ਸਨ ਨਾ, ਬੜੇ ਬੜੇ ਲੰਬੇ ਕਬੂਤਰ ਸਨ, ਖੜੀ ਕਾਦਾਵਰ, ਖੜੀ ਤਖਤੀ ਦੇ। ਇਹਨਾਂ ਦਾ ਜਿਹੜੇ ਦੁਮਾਂ ਜਿਹੜੀਆਂ ਸਨ ਨਾ, ਨੋਰਮਲ ਸਨ, ਅਤੇ ਪਰ ਜਿਹੜੇ ਸਨ ਕੁੰਦਾ, ਉਹ 2-2 ਇੰਚ, 2.5 ਇੰਚ ਬਾਹਰ ਸੀ ਦੁਮਾਂ ਤੋਂ, ਠੀਕ। ਇਹ ਤਾਂ ਹੋ ਗਈ ਜੈਨੂਅਨ ਬਰੀਡ, ਅਸਲ ਬਰੀਡ ਜਿਹੜੀ ਸੀ। ਇਹਨਾਂ ਦੀਆਂ ਅੱਖਾਂ ਜਿਹੜੀਆਂ ਸਨ ਗੁਲਾਬੀ ਸਨ। ਇਹ ਤਾਂ ਇਹਨਾਂ ਦੀ ਪਹਿਚਾਣ ਹੋ ਗਈ ਨਾ, ਮੈਂ ਤੁਹਾਨੂੰ ਸਵਾਲ ਕੀਤਾ ਟੁਰੀ ਕਿੱਥੋਂ ਨੇ, ਚੱਲੀ ਕਿੱਥੋਂ? ਟੁਰੀ ਕਿੱਥੋਂ? ਦੇਖੋ ਜੀ, ਇਹ ਪਾਰਟੀਸ਼ਨ ਦੇ ਵਿੱਚ ਜਿਹੜੇ ਖਾਨ ਸਾਹਿਬ ਕਬੂਤਰ ਲਿਆਏ ਸਨ ਨਾ, ਇਹ ਉਹਨਾਂ ਦੇ ਵਿੱਚ ਇਹ ਨਾਲ ਕਬੂਤਰ ਆਏ ਸਨ। ਅਸੀਂ ਪਿੱਛੋਂ ਬਟਾਲੇ ਦੇ ਰਹਿਣ ਵਾਲੇ ਹਾਂ, ਬਟਾਲੇ ਦੇ, ਠੀਕ ਠੀਕ ਹੈ। ਅਤੇ ਇੱਕ ਗਲਵੇ ਕਬੂਤਰ ਆਏ ਸਨ ਆਪਣਾ ਲਾਖੇ, ਉਹਨਾਂ ਨੂੰ ਅਸੀਂ ਬਟਾਲੇ ਵਾਲੇ ਦਾ ਨਾਂ ਦੇ ਦਿੱਤਾ। ਹੁਣ ਸਾਰਿਆਂ ਦੇ ਨਾਂ ਨਹੀਂ ਸਰ ਦੇ ਸਕਦੇ, ਬਟਾਲੇ ਦਾ, ਉਹ ਬਰੀਡ ਨੂੰ ਬਟਾਲੇ ਵਾਲਾ ਨਾਂ ਦਿੱਤਾ। ਅਤੇ ਨਾਲ ਜਿਹੜੇ ਲੋਕ ਜਿਹਨਾਂ ਨੂੰ ਰਾਮਪੁਰੀ ਕਹਿੰਦੇ ਹਨ, ਅਸੀਂ ਉਹਨਾਂ ਨੂੰ ਬਾਂਕੇ ਕਹਿੰਦੇ ਹਾਂ। ਇਹ ਨਾਲ ਬਾਂਕੇ ਆਏ ਸਨ, ਨਾਲ ਲਾਲ ਅੱਖਾਂ ਵਾਲੇ ਕਬੂਤਰ ਆਏ ਸਨ।
ਹੁਣ ਸਾਨੂੰ ਦੱਸੋ ਕਿ ਇਹਨਾਂ ਦੀ ਕੀ ਖਾਸ ਪਹਿਚਾਣ ਹੈ। ਸਟਾਰਟਿੰਗ ਦੇ ਵਿੱਚ ਤੁਸੀਂ ਦੱਸਿਆ ਕਾਦਾਵਰ ਕਬੂਤਰ ਸੀ, ਖੜੀ ਤਖਤੀਆਂ ਦੇ ਸੀ, ਸੰਧੂਰੀ ਪਲਕਾਂ ਦੇ ਸੀ, ਫਿਰ ਚੇਂਜ ਹੁੰਦੇ ਹੁੰਦੇ ਹੁਣ ਕਿਹੜੀ ਫੋਰਮ 'ਚ ਪਹੁੰਚ ਗਏ ਨੇ ਜਾਂ ਹਾਲੇ ਵੀ ਆਪਣੀ ਅਸਲ ਹਾਲਤ 'ਚ? ਇਹ ਮੈਂ ਦੱਸਣਾ ਇਹਦੇ 'ਚ ਇਸ ਤਰ੍ਹਾਂ ਕਿ ਜਿਹੜੀ ਅਸਲ ਹਾਲਤ 'ਚ ਮੈਂ ਪਹਿਲੇ ਤੁਹਾਨੂੰ ਦੱਸ ਦਿਆਂ ਕਿ ਅਸਲ ਹਾਲਤ 'ਚ ਇਹਨਾਂ ਦੀ ਇਹ ਤਿੰਨ ਕਲਰ ਦੀਆਂ ਅੱਖਾਂ ਸਨ, ਪਿੰਕ, ਕਲੇਜੀ ਅਤੇ ਸੁਰਖ ਸੁਰਖ। ਨਾਲ ਇਹਨਾਂ ਦੇ ਇਹ ਕਲਰ ਹੈਗੇ ਸਨ ਜ਼ੀਰੇ, ਕਲਸਰੇ ਕਲਦੁੰਬੇ ਅਤੇ ਸਲਾਰੇ, ਔਰ ਇਹਨਾਂ ਦੀ ਨਾਲ ਸੰਧੂਰੀ ਪਲਕ ਸੀ। ਇਹ ਬੇਸ ਸੀ ਇਹਨਾਂ ਦੀ ਜਿੱਥੋਂ ਸਾਡੇ ਘਰ 'ਚ ਸਟਾਰਟ ਹੋਇਆ ਕੰਮ ਸਟਾਰਟ ਹੋਇਆ। ਤੁਸੀਂ ਕਹਿ ਲਓ ਕਿ 62 'ਚ ਵੀ ਮੇਰੇ ਕੋਲ ਸਨ, 62 'ਚ 1962 'ਚ ਵੀ ਮੇਰੇ ਕੋਲ ਇਹ ਹੈ ਸਨ। ਅੱਗੋਂ ਇਹਨਾਂ 'ਚ ਕ੍ਰੋਸ ਪਾ ਕੇ ਅਤੇ ਇਹਨਾਂ ਨੂੰ ਕਨਵਰਟ ਕੀਤਾ ਕਿਉਂਕਿ ਇਹਨਾਂ ਦੇ ਪੱਲੇ ਬਹੁਤ ਵੱਡੇ ਸਨ, ਦੁੰਮ ਤੋਂ ਵੀ ਬੈਠ, ਦੁੰਮ ਤੋਂ ਦੋ ਦੋ ਢਾਈ ਢਾਈ ਇੰਚ ਬਾਹਰ ਸਨ। ਔਰ ਦਿਲਾਵਰ ਖਾਨ ਸਾਹਿਬ ਨੇ ਕਿਹਾ ਕਿ ਉੱਡਣ ਵਾਲੀ ਬਰੀਡ ਬਣਾਈਏ, ਇਹ ਤਾਂ ਜਿਹੜੇ ਨਾ ਜੈਨੂਨ ਬਰੀਡ ਤੋਂ ਇਹਨਾਂ ਨੂੰ ਕਨਵਰਟ ਕਰੀਏ ਉੱਡਣ ਵਾਲੀ ਬਰੀਡ 'ਚ। ਔਰ ਫਿਰ ਇਹਨਾਂ ਨੂੰ ਕੰਸਾਈਜ਼ ਕੀਤਾ, ਇਹਨਾਂ ਦਾ ਸਾਈਜ਼ ਜਿਹੜਾ ਨਾ ਉਹ ਛੋਟਾ ਕੀਤਾ, ਸਾਈਜ਼ ਛੋਟਾ ਕਰਕੇ ਅਤੇ ਉਹ ਉਡਾਉਣ ਵਾਲੀ ਬਰੀਡ ਬਣਾਈ ਜਿਹਨਾਂ ਨੂੰ ਹੀਰਾ ਲਾਲ ਨਾਂ ਦਿੱਤਾ ਗਿਆ। ਹਾਂਜੀ, ਅਤੇ ਇਹਨਾਂ ਨੂੰ ਜਿਹੜਾ ਨਾ ਹੀਰਾ ਲਾਲ ਦਾ ਨਾਂ ਦਿੱਤਾ ਗਿਆ। ਉੱਥੋਂ ਫਿਰ ਇਹ ਲਾਲ ਅੱਖ ਸ਼ੁਰੂ ਤੋਂ ਹੀ ਆ ਰਹੀ ਹੈ, ਤਾਂ ਤਿੰਨ ਸ਼ੇਡਾਂ ਦੇ ਵਿੱਚ ਤੁਹਾਨੂੰ ਦੱਸਿਆ, ਪਲਕਾਂ ਵੀ ਇਹਨਾਂ ਦੀਆਂ, ਪਲਕਾਂ ਵੀ ਸੰਧੂਰੀ। ਇੱਥੋਂ ਸਾਡੇ ਘਰ 'ਚੋਂ ਸਟਾਰਟ ਹੋਇਆ ਦਿਲਾਵਰ ਖਾਨ ਸਾਹਿਬ, ਪਹਿਲੇ ਇਹਨਾਂ ਕੋਲ ਇਹ ਸਨ, ਇਹਨਾਂ ਨੂੰ ਫਿਰ ਕਨਵਰਟ ਕੀਤਾ, ਸਾਈਜ਼ ਛੋਟਾ ਕੀਤਾ, ਉੱਡਣ ਵਾਲਾ ਬਣਾਇਆ, ਉਹਦੇ 'ਚੋਂ ਫਿਰ ਜ਼ੀਰੇ ਵੀ ਨਿਕਲੇ, ਸਲਾਰੇ ਵੀ ਨਿਕਲੇ, ਕਲਸਰੇ ਕਲਦੁੰਬੇ ਵੀ ਨਿਕਲੇ, ਜਿਨ੍ਹਾਂ ਨੂੰ ਹੀਰਾ ਲਾਲ ਨਾਂ ਦਿੱਤਾ ਗਿਆ। ਅੱਛਾ, ਇੱਕ ਬੜਾ ਅਜੀਬ ਜਿਹਾ ਸਵਾਲ ਹੈ, ਕਸੂਰ ਦੇ ਕਬੂਤਰ ਲਾਲ ਅੱਖੇ ਮੰਨੇ ਗਏ ਨੇ ਕਿ ਉੱਧਰ ਦੇ ਕਬੂਤਰ ਨੇ, ਲੇਕਿਨ ਉੱਧਰ ਵੀ ਇਸ ਟਾਈਪ ਦੇ ਕਬੂਤਰ ਨਹੀਂ ਪਏ ਹੋਏ ਜਿਹੜੇ ਇਸ ਘਰ 'ਚ ਪਏ ਹੋਏ ਨੇ? ਉਹ ਇਸ ਵਾਸਤੇ ਕਿ ਲੋਕਾਂ ਨੇ ਆਪਣੇ ਲਾਲ ਅੱਖੇ ਬਣਾਏ, ਅਸੀਂ ਆਪਣੀ ਬਰੀਡ ਬਣਾਈ ਹੈ ਜਿਹਨੂੰ ਹੀਰਾ ਲਾਲ ਕਿਹਾ ਜਾਂਦਾ, ਅਤੇ ਕਸੂਰ ਦੇ ਕਾਫੀ ਘਰਾਂ ਦੇ ਵਿੱਚ ਸਾਡੇ ਕਬੂਤਰ ਗਏ ਨੇ, ਉਹਨਾਂ ਨੇ ਫਿਰ ਕ੍ਰੋਸ ਕਰੂਸ ਪਾ ਕੇ ਆਪਣੀ ਮਰਜ਼ੀ ਦੇ ਮੁਤਾਬਕ ਸ਼ੌਕ ਨਾਲ ਆਪਣੇ ਸ਼ੌਕ ਨਾਲ ਉਹਨਾਂ ਨੇ ਬਣਾਏ ਨੇ, ਲੇਕਿਨ ਅੱਜ ਵੀ ਸਾਡੇ ਕਬੂਤਰਾਂ ਦਾ ਕਲਰ ਬਾਹਰ ਹੋਏਗਾ, ਲੇਕਿਨ ਸਾਡੇ ਕਬੂਤਰਾਂ ਦੀ ਜਿਹੜੀ ਅੱਖ ਹੈ ਨਾ ਇਹ ਬਾਹਰ ਨਹੀਂ ਹੋਏਗੀ। ਅਗਰ ਕਿਤੇ ਗਈਆਂ ਨੇ ਤਾਂ ਉਹਨਾਂ ਨੇ ਕ੍ਰੋਸ ਕਰੂਸ ਪਾ ਕੇ ਆਪਣੀ ਮਰਜ਼ੀ ਦੇ ਮੁਤਾਬਕ ਆਪਣਾ ਸ਼ੌਕ ਪੂਰਾ ਕੀਤਾ। ਕਿਹਾ ਜਾ ਸਕਦਾ ਕਿ ਕਸੂਰ 'ਚ ਵੀ ਦਿਲਾਵਰ ਖਾਨ ਸਾਹਿਬ ਦੇ ਹੀ ਕਬੂਤਰ ਨੇ? ਬਿਲਕੁਲ। ਕਮੱਗਰ ਵੀ ਆਏ ਨੇ? ਕਮੱਗਰ ਦੇਖੇ ਜੀ, ਮੈਂ ਇੰਨਾ ਦੂਰ ਨਹੀਂ ਜਾਣਾ ਚਾਹੁੰਦਾ, ਅਤੇ ਜਿਹੜੇ ਪੁਰਾਣੇ ਉਸਤਾਦ ਨੇ ਨਾ ਕਸੂਰ ਦੇ, ਉਹਨਾਂ ਨੂੰ ਪਤਾ, ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਠੀਕ ਹੈ ਕਿ ਨਹੀਂ? ਬਹਰਹਾਲ ਇਹ ਕਹਿ ਸਕਦੇ ਹੋ ਤੁਸੀਂ ਕਿ ਕਾਫੀ ਕਬੂਤਰ ਸਾਡੇ ਵਾਇਆ ਕਸੂਰ ਵਾ ਲਾਹੌਰ ਵੀ ਆਏ, ਠੀਕ ਹੈ? ਬਾਕੀ ਆਪਣੀਆਂ ਆਪਣੀਆਂ ਬਰੀਡਾਂ ਸਾਰਿਆਂ ਨੇ ਆਪਣੇ ਆਪਣੇ ਨਾਂ ਦਿੱਤੇ ਹੋਏ ਨੇ, ਉਹ ਚੱਲਦਾ ਪਿਆ। ਫੈਲ ਉਦੋਂ ਹੀ ਗਏ ਸੀ ਜਦੋਂ ਦਿਲਾਵਰ ਖਾਨ ਸਾਹਿਬ ਹਯਾਤ ਸਨ? ਹਾਂ, ਉਹਨਾਂ ਦੇ ਘਰੋਂ ਹੀ ਗਏ, ਉਹ ਕਿਸੇ ਨੂੰ ਨਾਂ ਨਹੀਂ ਸਨ ਕਰਦੇ। ਕੋਈ ਪਹਿਲੀ ਦਫ਼ਾ ਮੁਲਾਕਾਤ ਲਈ ਵੀ ਆਇਆ ਨਾ, ਅਤੇ ਉਹਨਾਂ ਨੇ ਉਹਨੂੰ ਕੋਈ ਗਿਫਟ ਦੇ ਕੇ ਹੀ ਭੇਜਿਆ, ਜਿਹੜਾ ਉਹਨੂੰ ਪਸੰਦ ਆਇਆ ਉਹਨੇ ਕਿਹਾ ਇਹ ਲੈ ਲੈ ਜਾ। ਉਹ ਬੜੇ ਸਖੀ ਸਨ ਇਸ ਮਾਮਲੇ ਦੇ ਵਿੱਚ। ਖਾਨ ਸਾਹਿਬ ਦੇ ਕਿੰਨਾ ਕਿੰਨਾ ਉਸਤਾਦਾਂ ਨਾਲ ਉਦੋਂ ਤਾਲੁਕਾਤ ਹੈਗੇ ਸੀ, ਔਰ ਕਿੰਨਾ ਕਿੰਨਾ ਕੋ ਗਿਫਟ ਕਬੂਤਰ ਗਏ ਨੇ? ਦੇਖੋ ਜੀ, ਕੁਛ ਯਾਦ ਪੈਂਦਾ? ਯਾਦ ਤਾਂ ਸਭ ਕੁਛ ਹੈਗਾ, ਲੇਕਿਨ ਉਹਨਾਂ ਦੇ ਤਲਕ ਜਿਹੜੇ ਸਨ ਤਕਰੀਬਨ ਸਾਰੇ ਹੀ ਪੁਰਾਣੇ ਉਸਤਾਦਾਂ ਦੇ ਨਾਲ ਸਨ। ਮੈਂ ਤਾਂ ਉੱਥੇ ਸਾਰੇ ਹੀ ਪੁਰਾਣੇ ਉਸਤਾਦ ਦੇਖੇ ਜਿਹੜੇ ਅੱਜ ਕੱਲ੍ਹ ਮੌਜੂਦ ਨੇ, ਸਾਰੇ ਹੀ ਦੇਖੇ ਨੂੰ, ਮੈਂ ਕਿਹਦਾ ਕਿਹਦਾ ਨਾਂ ਲਵਾਂ। ਅਤੇ ਬਾਕੀ ਇਹ ਵੈ ਕਿ ਉਹਨਾਂ 'ਚੋਂ ਕਈ ਵਫਾਤ ਪਾ ਗਏ ਨੇ ਅਤੇ ਕਈ ਮੌਜੂਦ ਨੇ, ਕਿਉਂਕਿ ਇਹ ਸਨ 47 ਤੋਂ ਸਾਡੀ ਜਿਹੜਾ ਸ਼ੌਕ ਹੈ ਨਾ ਇਹ ਛੱਤ ਅਸਟੈਬਲਿਸ਼ ਹੋਈ ਹੈ ਖਾਨ ਸਾਹਿਬ ਦੀ, ਅਤੇ ਤੁਸੀਂ ਹੁਣ ਸਨ 47 ਤੋਂ ਬਾਅਦ ਇਹ ਗਦਰ ਹੋਇਆ, ਇਨਕਲਾਬ ਆਇਆ, ਸਨ 47 ਤੋਂ ਬਾਅਦ
ਇੱਥੇ ਕਿਹੜੇ ਕਿਹੜੇ ਸ਼ੌਕੀਨ ਉੱਥੋਂ ਮਾਈਗ੍ਰੇਟ ਹੋਏ, ਕਈ ਇੱਥੇ ਲੋਕਲ ਸਨ, ਉਹ ਸਨ, ਉਹਨਾਂ ਨੇ ਫਿਰ ਆਹਿਸਤਾ ਆਹਿਸਤਾ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਸਾਰਿਆਂ ਨੇ ਹੀ ਰੁੱਖ ਇੱਧਰ ਕੀਤਾ। ਈਵਨ ਤੁਸੀਂ ਹੈਰਾਨ ਹੋਵੋਗੇ ਕਿ ਕਰਾਚੀ ਹੈਦਰਾਬਾਦ ਤੱਕ ਗਏ ਕਬੂਤਰ। ਕੀ ਬਾਤ! ਕਈ ਮੇਰੀ ਛੱਤ ਤੋਂ ਗਏ, ਕਈ ਉਹਨਾਂ ਦੀ ਛੱਤ ਤੋਂ ਗਏ। ਅਸੀਂ ਵੀ ਜਿਹੜੇ ਯਾਰ ਦੋਸਤ ਪਿਆਰ ਮੁਹੱਬਤ ਹੈ ਜਿਨ੍ਹਾਂ ਨਾਲ ਨਾ ਨਹੀਂ ਕਰਦੇ ਉਹਨਾਂ ਨੂੰ ਦੇ ਦਿੰਦੇ ਹਾਂ। ਮੇਰਾ ਖਿਆਲ ਹੈ ਪੰਜਾਬ ਹੀ ਸਾਡੇ ਅੱਜ ਵੀ ਜਿਹੜੀਆਂ ਮੇਰੇ ਘਰੋਂ ਗਈਆਂ ਨਸਲਾਂ ਫੈਲੀਆਂ, ਉਹ ਅੱਗੋਂ ਜ਼ਾਹਿਰ ਆਪਣੇ ਤਲਕ ਵਾਲਿਆਂ ਨੂੰ ਇੱਧਰ ਉੱਧਰ ਦਿੰਦੇ ਨੇ। ਦਿਲਾਵਰ ਖਾਨ ਸਾਹਿਬ ਬੇਸਿਕਲ ਦਵਈਏ ਵੀ ਸਨ, ਕਬੂਤਰ ਉਡਾਉਣ ਦਾ ਵੀ ਸ਼ੌਕ ਰੱਖਦੇ ਸੀ। ਉਹਨਾਂ ਨੂੰ ਉਹ ਉਡਾਉਂਦੇ ਸਨ ਬਾਦੀਆਂ ਅਯੂਬ ਖਾਨ ਦੇ ਦੌਰ 'ਚ, 60 ਦੇ ਦਹਾਈ 'ਚ। ਲੇਕਿਨ ਉਹਨਾਂ ਦੇ ਛੋਟੇ ਭਾਈ ਸਨ ਬਸ਼ੀਰ ਖਾਨ ਸਾਹਿਬ, ਅੱਲਾਹ ਉਹਨਾਂ ਜਨਰਲ ਨਸੀਬ ਕਰੇ, ਉਹ ਵੀ ਵਫਾਤ ਪਾ ਗਏ, ਅਤੇ ਬੜੇ ਪਿਆਰੇ ਚਾਚਾ ਸਨ ਸਾਡੇ ਉਹ। ਅਤੇ ਉਹ ਉਹਨਾਂ ਨੂੰ ਸ਼ੌਕ ਸੀ, ਉਹਨਾਂ ਦੇ ਨਾਲ ਉਸਤਾਦ ਫੀਓ ਸੀ, ਉਸਤਾਦ ਫੀਓ ਵੀ ਉੱਥੇ ਸ਼ੌਕ ਕਰਦੇ ਰਹਿਣ ਬਸ਼ੀਰ ਖਾਨ ਸਾਹਿਬ ਦੇ ਨਾਲ। ਇਹ ਜਿਹੜੇ ਨਾ ਮੀਆਂ ਨਜ਼ੀਰ ਵਗੈਰਾ, ਇਹਨਾਂ ਦੇ ਵਾਲਦ ਸਾਹਿਬ ਵੀ ਉੱਥੇ ਸ਼ੌਕ ਕਰਦੇ ਰਹਿਣ ਉਦੋਂ। ਅਤੇ ਇਹ ਆਪਣਾ ਬਾਜ਼ੀਆਂ, ਇਹਨਾਂ ਦੇ ਬਾਜ਼ੀਆਂ ਜਿਹੜਾ ਮੈਂ ਉਹਨਾਂ ਕੋਲੋਂ ਸੁਣਿਆ, ਉੱਡਦੀਆਂ ਸਨ ਰਿਆਜ਼ ਪਾਰਟੀ ਨਾਲ, ਉਸਤਾਦ ਰਿਆਜ਼ ਸੀ ਕੋਈ ਲਾਹੌਰ ਦੇ, ਉਹ ਉਹਨਾਂ ਨਾਲ ਬਾਜ਼ੀਆਂ ਉੱਡਦੀਆਂ ਸਨ ਇਹਨਾਂ ਦੀਆਂ। ਅਤੇ ਠੀਕ, ਤੁਸੀਂ ਵੀ ਉਡਾਨ ਦਾ ਸ਼ੌਕ ਕੀਤਾ? ਮੈਂ ਉਡਾਨ ਦਾ ਸ਼ੌਕ ਕੀਤਾ ਆਪਣੀ ਸਟੂਡੈਂਟ ਲਾਈਫ ਵਿੱਚ, ਜਵਾਨੀ 'ਚ। ਜ਼ਾਹਿਰ ਹੈ ਜਦੋਂ ਨਵਾਂ ਨਵਾਂ ਸ਼ੌਕ ਪੈਂਦਾ ਹੈ ਤਾਂ ਉਡਾਨ ਦਾ ਲਈ ਪੈਂਦਾ ਪਹਿਲੇ, ਬਰੀਡਿੰਗ ਬਾਅਦ 'ਚ ਆਉਂਦੀ ਹੈ, ਬਰੀਡਿੰਗ ਦੀ ਵਾਰੀ। ਸਹੀ ਗੱਲ ਹੈ। ਹਾਲਾਂਕਿ ਬਰੀਡਿੰਗ ਤੋਂ ਬਗੈਰ ਤੁਸੀਂ ਇਹ ਸਹੀ ਸ਼ੌਕ ਕਰ ਨਹੀਂ ਸਕਦੇ, ਕਰ ਨਹੀਂ ਸਕਦੇ। ਲੇਕਿਨ ਮੈਂ ਕੀਤਾ, ਮੈਂ ਮੇਰਾ ਬਚਪਨ ਜਵਾਨੀ ਜਿਹੜੀ ਹੈ ਉਹ ਗਵਾਲ ਮੰਡੀ 'ਚ ਗੁਜ਼ਰੀ ਹੈ, ਅਤੇ ਆਪਣਾ ਗਵਾਲ ਮੰਡੀ 'ਚ ਵੀ ਇਸੇ ਨਾਂ 'ਤੇ ਹੀ ਗੁਜ਼ਰੀ ਹੈ, ਗੋਗੀ ਖਾਨ ਦੇ ਨਾਂ 'ਤੇ। ਜਿਹੜੇ ਉੱਥੋਂ ਦੇ ਮੁਹੱਲੇ ਵਾਲੇ ਸਨ, ਯਾਰ ਦੋਸਤ ਸਨ ਜਾਂ ਲੰਗੋਟੀਏ ਸਨ, ਉਹ ਸਾਰਿਆਂ ਨੂੰ ਇਸੇ ਨਾਂ ਦਾ ਹੀ ਪਤਾ, ਇਸੇ ਨਾਂ ਦਾ ਹੀ ਪਤਾ। ਅਤੇ ਬਹਰਹਾਲ ਉਹ ਗਵਾਲ ਮੰਡੀ ਅਸੀਂ ਬਹੁਤ ਕਬੂਤਰ ਉਡਾਏ, ਲੇਕਿਨ ਸਾਨੂੰ ਮੈਨੂੰ ਇਜਾਜ਼ਤ ਨਹੀਂ ਸੀ ਹੁੰਦੀ ਕਿ ਮੈਂ ਬਾਜ਼ੀਆਂ ਸ਼ਾਦੀਆਂ ਖੇਡਾਂ, ਵਾਲਦ ਸਾਹਿਬ ਵੱਲੋਂ ਇਜਾਜ਼ਤ ਨਹੀਂ ਸੀ। ਆਪਣੇ ਸ਼ੌਕ ਲਈ ਉਡਾਉਣਾ ਸਾਂ, ਬਹੁਤ ਉਡਾਏ ਕਬੂਤਰ, ਬਹੁਤ ਉਡਾਏ। ਉਦੋਂ ਫੋਰਨ ਹੀਟ ਚੱਲਦਾ ਸੀ 117, ਫੋਰਨ ਹੀਟ ਚੱਲਦਾ 117 ਟੈਂਪਰੇਚਰ, ਅੱਜ ਦਾ 47-48 ਕਹਿ ਲਓ। ਅਤੇ ਉਡਾਈ ਦਾ ਸੀ, ਚਿਹਰੇ ਦਾ ਭੈੜਾ ਹਾਲ ਹੁੰਦਾ ਸੀ, ਯਾਨੀ ਜੋ ਫਿਰ ਕਬੂਤਰਬਾਜ਼ਾਂ ਦਾ ਹਾਲ ਹੁੰਦਾ ਉਹਦੇ ਮੁਤਾਬਕ ਹੀ ਸੀ। ਸਹੀ, ਨਾਲ ਪੜ੍ਹਾਈ ਵੀ ਕਰਨੇ ਸਾਂ। ਉਦੋਂ ਮੈਂ ਲਾਅ 'ਚ ਐਡਮਿਸ਼ਨ ਲਿੱਤਾ ਹੋਇਆ ਸੀ LLB ਯੂਨੀਵਰਸਿਟੀ 'ਚ, ਮੈਨੂੰ ਯਾਦ ਹੈ। ਪੜ੍ਹਾਈ ਵੀ ਦੇਖਣੀ, ਨਾਲ ਇਹ ਵੀ ਉਡਾਉਣੇ। ਤੁਸੀਂ ਸਮਝਦੇ ਹੋ ਕਿ ਲਾਲ ਅੱਖੀ ਕਬੂਤਰ ਸਾਰੇ ਇਹਨਾਂ 'ਚੋਂ ਹੀ ਨਿਕਲੇ ਨੇ, ਜਿੰਨੇ ਡੱਬ ਵਾਲੇ, ਜਿੰਨੇ ਉਹ ਦੇਖੋ ਜਿੰਨੇ ਵੀ ਨੇ ਲਾਲ ਅੱਖਾਂ ਵਾਲੇ, ਜਿਸ ਤਰ੍ਹਾਂ ਦੀ ਹਿਸਟਰੀ ਤੁਹਾਨੂੰ ਮੈਂ ਦੱਸ ਰਿਹਾ, ਕੋਈ 80-90% ਤੇ ਕਮ ਅਜ਼ ਕਮ ਇੱਥੋਂ ਹੀ ਗਏ ਨੇ। ਅਤੇ ਲੋਕਾਂ ਨੇ ਕ੍ਰੋਸ ਪਾ ਕੇ ਅੱਖਾਂ ਚੇਂਜ ਕਰ ਦਿੱਤੀਆਂ। ਸਹੀ, ਸਾਡੇ ਕਬੂਤਰ ਜਿਹੜੀ ਆਪਣੀ ਅੱਖਾਂ ਲੈ। ਅੱਛਾ, ਇੱਕ ਮੈਂ ਤੁਹਾਨੂੰ ਗੱਲ ਦੱਸ ਦਿਆਂ, ਜਦੋਂ ਇਹਨਾਂ 'ਚ ਕ੍ਰੋਸ ਪਾਇਆ ਗਿਆ ਨਾ ਹੀਰਾ ਲਾਲ ਬਣਾਉਣ ਲਈ, ਉਹ ਕ੍ਰੋਸ ਮੇਰੇ ਕੋਲ ਅੱਜ ਵੀ ਉਹੀ ਚੱਲ ਰਿਹਾ, ਮੈਂ ਤੀਸਰਾ ਕ੍ਰੋਸ ਕੋਈ ਨਹੀਂ ਐਡ ਕੀਤਾ ਇਹਦੇ 'ਚ। ਹੁਣ ਇਹ ਬੈਕ ਮਾਰਦੇ ਨੇ ਅਤੇ ਸੰਧੂਰੀ ਪਲਕ ਕੱਢ ਲੈਂਦੇ ਨੇ, ਬੈਕ ਮਾਰਦੇ ਨੇ ਜ਼ੀਰੇ ਕੱਢ ਲੈਂਦੇ ਨੇ, ਬੈਕ ਮਾਰਦੇ ਨੇ ਸਲਾਰੇ ਕੱਢ ਲੈਂਦੇ ਨੇ, ਕਲਸਰੇ ਕਲਦੁੱਬੇ ਕੱਢ ਲੈਂਦੇ ਨੇ, ਸਲੇਟੀ ਵੀ ਕੱਢਦੇ ਨੇ। ਅਤੇ ਇਹ ਜਿਹੜਾ ਨਾ ਸ਼ੁਰੂ ਤੋਂ ਹੀ ਇਹ ਬਰੀਡ ਸਾਡੇ ਕੋਲ ਇਹ ਆ ਰਹੀ ਹੈ ਇਸੇ ਤਰ੍ਹਾਂ ਹੀ। ਉਹਦੇ 'ਚ ਇਹ ਤੁਸੀਂ ਇਹ ਦੇਖੋ, ਅੱਖਾਂ ਦਿਖਾਓ ਲੋਕਾਂ ਨੂੰ ਜਾਂ ਆਪ ਵੀ ਦੇਖੋ, ਇਹਦੇ 'ਚ ਤੁਹਾਨੂੰ ਡੋਰੇ ਘੱਟ ਦਿਸਣਗੇ। ਕਿਉਂ? ਡੋਰੇ ਜਿਹੜੇ ਨਾ ਇਹ ਕ੍ਰੋਸ ਪਾਉਣ ਨਾਲ ਪੈਦਾ ਹੁੰਦੇ ਨੇ ਅੱਖੀ 'ਚ, ਜਿਹਦਾ ਤੁਸੀਂ ਕ੍ਰਾਸ ਪਾਇਆ ਉਹਨੇ ਅੱਖੀ 'ਚ ਆਪਣਾ ਸ਼ੋਅ ਕਰ ਦੇਣਾ। ਸਹੀ, ਅਤੇ ਬਰੀਡ ਦੇਖਣ ਲਈ ਅੱਖੀ ਦੇਖਣੀ ਪੈਂਦੀ ਹੈ। ਅਤੇ ਸਾਡੇ ਕਬੂਤਰਾਂ ਦੇ ਵਿੱਚ ਜਿਹੜੇ ਡੋਰੇ ਹੋਣਗੇ ਇਹਨਾਂ ਇੱਥੋਂ ਦੀਆਂ ਬਰੀਡਾਂ ਦੇ ਹੋਣਗੇ। ਸਹੀ ਗੱਲ, ਲੇਕਿਨ ਉਹ ਬਾਹਰ ਨਹੀਂ ਮਿਲਣਗੇ ਤੁਹਾਨੂੰ, ਬਾਹਰ ਨਹੀਂ ਮਿਲਣਗੇ। ਬਾਂਕਾ ਇੱਕ ਸਾਡੀ ਬਰੀਡ ਹੈ ਜਿਹੜਾ ਪ੍ਰੋਮੀਨੈਂਟ ਡੋਰਾ ਆਪਣਾ ਨੀਲੇ ਕਲਰ ਦਾ ਛੱਡਦੀ ਹੈ, ਉਹ ਵੀ ਤੁਹਾਨੂੰ ਦਿਸਣਗੇ ਇਹਨਾਂ 'ਚ, ਇਹ ਜਿਹਨਾਂ ਲੋਕ ਫਿਰੋਜ਼ਪੁਰੀ ਕਹਿੰਦੇ ਨੇ। ਹਾਲਾਂਕਿ ਫਿਰੋਜ਼ਪੁਰ ਦੀ ਕੋਈ ਬਰੀਡ ਨਹੀਂ ਹੈ,
मैं जदों का शौक च आया ना, यह हूँ सुन लगा फिरोजपुर की ब्रीड, ये बांके ही न, हल्का अख कढ़ देन, थोड़ा जा छापा बढ़ा देन, ते ये फिरोजपुरी बन जाते हैं। बांके फिरोजपुर इको जी ने, इको जै पुराने असातज़ा हले भी आई कहते बांके फिरोजपुरी बस इको ही ने। फिरोजपुरी हूँ शनाहत बन गई ना कि अख की, अदरवाइज ब्रीड कोई नहीं फिरोजपुर की। इंडिया के तुम यह सुनो, इन्हों के चैनल जोड़े न चलते न पै, फिरोजपुर का जिक्र ही नहीं उत्थे। हाला इंडिया फिर रामपुर का है, होर पता नहीं कड़े कड़े उन्होंने ब्रीडा है, फिरोजपुर का जिक्र ही नहीं करते। हो सही गल, ब्रीड होवे तो उत्थे होवे, इत्थे पहले आ गई। हाँ सही, इस वास्ते। और फिर बांका ब्रीड लावर खान साहब वाला जनरल सिप करके कहते होंगे सी किंग मेकर ब्रीड है, ये किंग पैदा कर दी है ए ब्रीड। तो अज भी मैं देखना लोगों दियाँ वीडियोज़ किसी वक्त बैठ के, तो मैं दहाने लोग मैं देखना, तो वो कहते जी है शाम को 7 बजे बैठा है, ये की क्रॉस है जी, अख दिखदी है तो फिरोजपुर की, कहते जी फिरोजपुरी शामिल है, फिरोजपुर फिरोजपुरी का क्रॉस है, वह फिरोजपुरी का क्रॉस नहीं, वह बांके का क्रॉस है। बांके ने 2-3 कलर कढ़ने, बांके ने 2-3 अखा अपना कढ़नियां। अच्छा एक तुसी गल कीती इन्हां जो जीरे निकलते हैं, साढ़े इत्थे मशहूर है कि जिहड़ा जोड़ा जीरे कढ़दा है ना उन्हू तोड़ देना चाहिए। मेरी गल हुण पूरी मुकम्मल सुन, उन्हू तोड़ देना चाहिए, वह ब्रीड खराब कर रहा। जीरे नू बड़ी हकारत दी निगाह नाल वेख्या जांदा, कहा जांदा है कि यह जेनेटिकल डिसऑर्डर है, कलर डिसऑर्डर है, तुहाडी की राय है? तुसी कि बड़े हमेदावे नाल कह रहे हो जीरे निकल। गल पता की हैगी है कि ये हूँ ते यूट्यूब ते या ये कबूतरबाजी जी है ना गलों की रह गई है, ठीक है, जिहड़ियां अट्रैक्टिव गल्लां पा मैं भी गल्लां कर रहा, ठीक है, लोग वो पिछे तुर पैंदे ना। जीरे का तुहानू उही दसेगा जिहदा अपना एक्सपीरियंस है जीरियां दे बारे च। सही, अज तो 50 साल पिछे जाओ, 60 साल पिछे जाओ, तो तुहानू जीरियां दा जिक्र करनगे लोग। हाँ, पुराने बाबे घर दे पुराने, वो क्यों कर दे? उन्होंने वो ओरिजिनल ब्रीडा जीरिया च वेखिया हुई हैं, वो भी जीरे भी अड्डे अड्डे लंबे सन, अड्डे अड्डे सिर सन उन्होंने, अपनी अखा सन उन्हें जिड़िया साढ़े को सन, संदूरी पलक ही सन। हूँ साढ़े कबूतर जो अज भी उन्होंने सिर तुम देखो वड्डे ने। हाँ सही गल है, जीरा जड़ा ना जीरा अगर ब्रीड ना हो तो चल नहीं सकता इन्नी देर, ये खत्म हो जाए। हूँ टैडी है, लोग टैडिया के पिछे पैर, टैडिया इन्ना क्या इन्होंने जलील कर दिता है कि वह ब्रीड की पता ही नहीं पा लगता कि वह कि ब्रीड चो। हाँ हर एक कड़ा जी गोल्डन टैडी है, एक कड़ा जी डबल टैडी है। सही गल, यानी उसके नाल जिहड़ियां ओरिजिनल ब्रीडा आ रही हैं ना उन्होंने पा के नाल टैडी का लफज जोड़ दिता है। टैडी ने इन्ना लोगों के उपर रूल किया। सही गल, और फिर टैडी लोगों की कबूतरबाजी जी है वो टैडिया तो शुरू हो गए, तो टैडिया तो खत्म हो जाए। खत्म हो जाए हूँ, असी जिनी देर तक असी जिंदा वा असी तो गल करा जी पिछों देखते आ रहे हैं। या फिर साड़ी उम्र का कोई उस्ताद हो जरा पिछे, वह भी वह उस्ताद जिन्हें रखे हो जिन्हें रखे जिन्हों को ब्रीडा हो दसन गए तू। सही वेखो ना, हर ब्रीड जीरा जरूर कट दी, इस वास्ते कट दी है कि बेस है। जिस तरह सलारे ब्रे बेस है इस तरह जीरे बेस, जिस तरह कलसरे कलनुबे बेस है ये जीरे भी बेस। जीरे प्योर जोड़ा ला दो जीरा नहीं बच्चा कटेगा। हाँ कलसरे कलदुंबे भी कढ़ गए। हाजी मैं रसगर वाले जीरे कबूतर ने, मैं चिट्टिया अखा वाले जो जीरे कटते हैं, वो जीरे आपस च लाओ जीरा नहीं जल्दी कटते, वो कढ़न गए कलसरे कलदुंबे। मैं नहीं पता है कि किहड़े जीरे है ना, उन्होंने मैं एडा एक्सपीरियंस नहीं, उन्होंने कबूतर नाम है मेरा हाल है टैडी शैडी आते यूट्यूब से। हाँ वही देखी दे। अच्छा लाल अख आ गई उतो बटाले, बटाले तो आए बेसिकल कबूतर,
ਚਿੱਟੀ ਅੱਖ ਵੀ ਉੱਥੋਂ ਹੀ ਬਿਲੋਂਗ ਕਰਦੀ। ਦੇਖੋ ਇਹ ਚਿੱਟੀ ਅੱਖ ਨੂੰ ਅਸੀਂ ਪਹਿਲੇ ਚਿੱਟੀ ਅੱਖ ਹੀ ਕਹਿੰਦੇ ਸਾਂ ਤੇ ਅੱਜ ਵੀ ਅਸੀਂ ਟੈਡੀ ਨਹੀਂ ਕਹਿੰਦੇ ਉਹਨੂੰ। ਹਾਂ ਸਫੇਦ ਅੱਖ ਹੀ ਕਿਹਾ ਜਾਂਦਾ ਸੀ ਔਰ ਉਹ ਸਫੇਦ ਅੱਖ ਚੋਂ ਹੀ ਕ੍ਰੋਸ ਬਣਾ ਕੇ ਬਾਂਕਿਆਂ ਦੇ ਨਾਲ ਕ੍ਰੋਸ ਪਾ ਕੇ ਤੇ ਅਸੀਂ ਦਿਲਾਵਰ ਖਾਨ ਸਾਹਿਬ ਨੇ ਤੌਸੀ ਬਣਾਏ ਤੌਸੀ ਔਰ ਸਾਡੇ ਤੌਸੀ ਜਿਹੜੇ ਨੇ ਇਹ ਟੈਡੀਆਂ ਨਾਲ ਰਲਦੇ ਹੀ ਨਹੀਂ। ਸਾਡੇ ਤੌਸੀ ਜਿਹੜੇ ਨੇ ਚੂੰਕਿ ਬਾਂਕੇ ਦਾ ਸਿਰ ਵੱਡਾ ਹੈ ਤੌਸੀ ਉਹਨਾਂ 'ਤੇ ਲੈ ਗਏ ਸਹੀ ਆਪਣਾ ਸਿਰ ਵੱਡੇ ਲੈ ਗਏ ਆਪਣਾ ਸਾਈਜ਼ ਇਹ ਜਿਹੜਾ ਕਹਿੰਦੇ ਹੋ। ਅੱਛਾ ਇੱਕ ਹੋਰ ਮੈਂ ਤੁਹਾਨੂੰ ਦੱਸ ਦਿਆਂ ਸਾਡੇ ਕਬੂਤਰਾਂ ਦੇ ਵਿੱਚ ਇਹ ਬਦਨ ਸਮਝਦੇ ਹੋ ਬਦਨ ਜਿਸ ਸਟਰਕਚਰ ਸਟਰਕਚਰ ਕਬੂਤਰ ਬਦਨ ਦੀ ਮੈਂ ਜ਼ਰਾ ਲੈਂਗੁਏਜ ਥੋੜ੍ਹੀ ਜਿਹੀ ਇਸਤੇਮਾਲ ਕਰਾਂ ਕਿ ਸਾਡੇ ਕਬੂਤਰ ਮੋਸਟਲੀ ਜਿਹੜੇ ਨੇ ਨਾ ਡੇਢ ਬਦਨ ਦੇ ਨੇ ਹਾਂ ਸਿੰਗਲ ਬਦਨ ਦੇ ਨਹੀਂ ਸਹੀ ਅਤੇ ਡਬਲ ਬਦਨ ਦੇ ਉਹ ਨੇ ਜਿਹੜੇ ਅੱਜ ਵੀ ਓਰੀਜਨਲ ਬਰੀਡਾਂ ਸਾਡੇ ਕੋਲ ਪਈਆਂ ਹਾਂ ਅੱਜ ਵੀ ਓਰੀਜਨਲ ਪਈਆਂ ਹੋਈਆਂ ਉਹਨਾਂ 'ਚ ਅਸੀਂ ਕ੍ਰੋਸ ਪਾ ਕੇ ਅਤੇ ਫਿਰ ਦੂਸਰੇ ਕੱਢਣੇ ਕਢਵਾਉਣੇ ਸ਼ੁਰੂਆਤੀ ਹੈ ਵੱਡੇ ਕਬੂਤਰ ਸਨ ਇਹਨਾਂ ਦੇ ਪੱਲੇ ਵੀ ਵੱਡੇ ਸਨ ਪੱਲੇ ਵੀ ਵੱਡੇ ਸੀ ਡਬਲ ਬਦਨ ਦੇ ਕਬੂਤਰ ਡਬਲ ਬਦਨ ਦੇ ਕਬੂਤਰ ਸੀ ਹੱਥ 'ਚ ਨਹੀਂ ਸਨ ਆਉਂਦੇ ਕਿਆ ਇਹ ਕਬੂਤਰ ਕੀ ਕਹਿੰਦੇ ਮੇਨਟੇਨ ਕਰਨ ਦੀ ਜ਼ਰੂਰਤ ਮੇਨਟੇਨ ਕੀਤੇ ਗਏ ਇਹਨਾਂ ਨੂੰ ਕੀਤਾ ਗਿਆ ਮੇਨਟੇਨ ਇਹਨਾਂ 'ਚੋਂ ਬਰੀਡ ਬਣਾਈ ਗਈ ਹੈ ਉਹ ਬਰੀਡਰ ਸਨ ਉਹ ਬਰੀਡਰ ਸਨ ਯੈਸ ਉਡਾਣ ਵਾਲੇ ਨਹੀਂ ਸਨ ਤੇ ਪਾਕਿਸਤਾਨ ਬਣਨ ਤੋਂ ਪਹਿਲੇ ਰਿਵਾਜ ਜਿਹੜਾ ਸੀ ਨਾ ਉਡਾਣ ਵਾਲਾ ਇਹ ਘੱਟ ਹੀ ਸੀ ਘੱਟ ਹੀ ਸਰ ਕਿਉਂ ਉੱਥੋਂ ਦੇ ਲੋਕ ਜਿਹੜੇ ਸਨ ਨਾਲ ਸ਼ਾਮਿਲ ਸਨ ਉਹਨਾਂ ਨੂੰ ਜ਼ਿਆਦਾ ਓਰੀਜਨ ਅੱਜ ਵੀ ਉਹਨਾਂ ਦੀਆਂ ਯੂਟਿਊਬ 'ਤੇ ਦੇਖੋ ਫਿਲਮਾਂ ਇੰਟਰਵਿਊ ਦੇਖੋ ਤੇ ਉਹ ਐਡੇ ਕਬੂਤਰ ਦਹਾਣਗੇ ਵੱਡੇ 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 ਕਬੂਤਰ ਨਾਲ ਉਹ ਇਹ ਵੀ ਕਹਿਣਗੇ ਕਿ ਸ਼ਾਮ ਤੱਕ ਉੱਡਦੇ ਨੇ ਲੇਕਿਨ ਸਾਡੀ ਉਹਨਾਂ ਦੀ ਕਬੂਤਰਬਾਜ਼ੀ 'ਚ ਬੜਾ ਫਰਕ ਆ ਗਿਆ ਬੜਾ ਫਰਕ ਆ ਗਿਆ ਸਹੀ ਗੱਲ ਅਸੀਂ ਅਲਹਮਦੁਲਿਲਾ ਉਹਨਾਂ ਤੋਂ ਬਹੁਤ ਅੱਗੇ ਹਾਂ ਬਹੁਤ ਅੱਗੇ ਸਹੀ ਗੱਲ ਪਾਕਿਸਤਾਨ ਬਹੁਤ ਬਹੁਤ ਅੱਗੇ ਸਾਡਾ ਸ਼ੌਕ ਬਹੁਤ ਅੱਗੇ ਪਾਕਿਸਤਾਨ 'ਚ। ਅੱਛਾ ਇਹਨਾਂ ਦੀ ਅੱਖ ਹੁੰਦੀ ਲਾਲ ਸੀ ਕਿਸ ਕਿਸਮ ਦੇ ਲਾਲ ਤੁਹਾਨੂੰ ਦੱਸਿਆ ਓਰੀਜਨਲ ਤਿੰਨ ਬਰੀਡਾਂ ਸਨ ਇੱਕ ਲਾਲ ਸੀ ਇੱਕ ਕਲੇਜੀ ਸੀ ਇੱਕ ਪਿੰਕ ਸੀ ਅਸੀਂ ਇਹ ਤਿੰਨਾਂ ਬਰੀਡਾਂ ਨੂੰ ਮਿਕਸ ਕਰ ਦਿੱਤਾ ਅੱਖ 'ਚ ਹੁਣ ਕਿਸੇ ਲਈ ਪਿਆਜ਼ੀ ਆ ਪਿੰਕ ਅੱਖ ਵੀ ਕੱਢ ਦਿੰਦੇ ਪਿੰਕ ਅੱਖ ਬਹੁਤ ਉੱਡੀ ਹੈ ਸਾਡੇ ਕੋਲ ਕਲੇਜੀ ਅੱਖ ਬਹੁਤ ਉੱਡੀ ਹੈ ਸਾਡੇ ਕੋਲ ਯਾਨੀ ਇਹ ਸਾਰੀਆਂ ਅੱਖਾਂ ਉੱਡੀਆਂ ਸਾਡੇ ਕੋਲ। ਇਹਨਾਂ ਦੀ ਤਬੀਅਤ ਕੈਸੀ ਹੈ ਤੇਜ਼ ਤਰਾਰ ਕਿ ਸਲੋ ਦੇਖੋ ਤੇਜ਼ ਐਵੇਂ ਭਲਾ ਕਿਉਂ ਸਵਾਲ ਕੀਤਾ ਹਾਂ ਅਕਸਰ ਕਿਹਾ ਜਾਂਦਾ ਕਲੇਜੀ ਜਾਂ ਲਾਲ ਅੱਖੇ ਕਬੂਤਰ ਬਹੁਤ ਤੇਜ਼ ਹੁੰਦੇ ਨੇ ਜਲਦੀ ਬੜੇ ਕਰਦੇ ਨੇ ਜ਼ਾਇਆ ਬੜੇ ਹੁੰਦੇ ਨੇ ਨੋ 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 ਆ ਗਲਤ ਹੈ ਗਲਤ ਹੈ ਇਹ ਤੁਸੀਂ ਜੋੜਾ ਲਾਲ ਲੱਗੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹ ਬੱਚਾ ਤੇਜ਼ ਕੱਢੇਗਾ ਇਹ ਆਪ ਕੈਸੇ ਨੇ ਮਾਂ ਪਿਓ ਇਹਨਾਂ ਦੇ ਤੇਜ਼ ਤਬੀਅਤ ਹੈ ਬੜੇ ਤੇਜ਼ ਨੂੰ ਫੜੇ ਨਹੀਂ ਜਾਂਦੇ ਪਏ ਖੁੱਡੇ ਦੇ ਵਿੱਚ ਨਹੀਂ ਫੜੇ ਜਾ ਰਹੇ ਅਤੇ ਉਹਨਾਂ ਨੇ ਬੱਚੇ ਵੀ ਉਹੋ ਜਿਹਾ ਕੱਢਣਾ ਸਹੀ ਜੋੜਾ ਲਾਉਣ ਲੱਗਿਆ ਧੀਮਾ ਜਿਹਾ ਜੋੜਾ ਬਣਾ ਕੇ ਲਾਇਆ ਜਾਏ ਉਹਨਾਂ ਦਾ ਪੁਆਇੰਟਸ ਵੇਖ ਕੇ ਸਾਰਾ ਇਹ ਉਹ ਕੰਟਰੋਲ ਕਰ ਕੰਟਰੋਲ ਕਰਕੇ ਜੋੜਾ ਤੁਸੀਂ ਲਾਓ ਕਿਉਂ ਤੇਜ਼ੀ ਆਏਗੀ ਉਹਨਾਂ 'ਚ ਸੀਲ ਕਬੂਤਰ ਹੋਣਗੇ ਐਸੇ ਵੀ ਲਾਲ ਅੱਖਾਂ ਵਾਲੇ ਕਬੂਤਰ ਹੀਰਾ ਲਾਲ ਸਾਡੇ ਹੈਗੇ ਨੇ ਕਿ ਤੁਸੀਂ ਜਾ ਕੇ ਇੱਥੋਂ ਦੂਸਰੇ ਸ਼ਹਿਰ 'ਚ 15 ਦਿਨ ਉਹਨਾਂ ਨੂੰ ਛੱਡ ਦਿਓ ਅਤੇ ਉੱਥੇ ਉੱਡਣ ਲੱਗ ਪੈਣਗੇ ਉਹ ਕੀ ਵਜ੍ਹਾ ਹੈ ਕੀ ਵਜ੍ਹਾ ਉਹ ਪਿੱਛੇ ਜੋੜਾ ਸਮਝ ਕੇ ਲਾਏ ਹੈ ਸਮਝਦਾਰੀ ਨਾਲ ਲਾਏ ਹੈ ਤੇਜ਼ੀ ਖਤਮ ਕੀਤੀ ਹੈ ਤੇਜ਼ੀ ਦਾ ਪਰਵਾਜ਼ ਨਾਲ ਕੋਈ ਤਲਕ ਨਹੀਂ ਪਰਵਾਜ਼ ਨਾਲ ਕੋਈ ਤਲਕ ਤੇਜ਼ ਕਬੂਤਰ ਦੀ ਹਰਕਤਾਂ ਤੋਂ ਕੀ ਅਸੀਂ ਜੱਜ ਕਰ ਸਕਦੇ ਤੇਜ਼ ਕਬੂਤਰ ਦੇਖੋ ਜੀ ਤੇਜ਼ ਕਬੂਤਰ ਤੇ ਪਤਾ ਲੱਗ ਜਾਂਦਾ ਨਾ ਖੁੱਡੇ ਦੇ ਵਿੱਚੋਂ ਹੀ ਫੜਾ ਉਡਾਰੀ ਮਾਰੇਗਾ ਤੇ ਪਤਾ ਲੱਗ ਜਾਏਗਾ ਫਿਰ ਜੇ ਅਗਰ ਤੁਸੀਂ ਉਹਨੂੰ ਗਲਤੀ ਨਾਲ ਬਾਹਰ ਛੱਡ ਦਿੱਤਾ ਉਡਾਣ ਲਈ ਤੇ ਤੁਹਾਨੂੰ ਸਮਾਨ ਤੇ ਆਪਣਾ ਆਪ ਦਿਖਾਏਗਾ ਪਿਛਲੇ ਘਰ ਹੀ ਦਿਖਾਏਗਾ ਉਹ ਪਾਰੀ ਤੇਜ਼ ਮਾਰੇਗਾ ਉਹਨੂੰ ਹੀ ਤੇਜ਼ ਜਾਏਗਾ ਤੇਜ਼ੀ ਨਾਲ ਆਏਗਾ ਜ਼ਰਾ ਥੱਕਿਆ ਠੁੱਟਾ ਆਰਾਮ ਨਾਲ ਜ਼ਾਇਆ ਹੁੰਦੀ ਰੇਸ਼ੋ ਵੀ ਇਹਨਾਂ 'ਚ ਸਟਾਰਟਿੰਗ 'ਚ ਹੈਗੀ ਸੀ ਜਾਂ ਹੁਣ ਹੈ ਤੁਹਾਨੂੰ ਨਜ਼ਰ ਆਈ ਕਦੇ ਦੇਖੋ ਜ਼ਾਇਆ ਮੈਂ ਇਹਦੇ 'ਚ ਕਬੂਤਰ ਨੂੰ ਕਸੂਰਵਾਰ ਨਹੀਂ ਠਹਿਰਾਉਂਦਾ ਵਾਹ 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 ਉਸਤਾਦ ਜੀ ਕਿਆ ਬਾਤ ਕਬੂਤਰ ਤੁਹਾਡੇ ਕੋਲ ਹੁਣ ਸਾਡੇ ਕੋਲ ਜੈਨੂਨ ਬਰੀਡਾਂ ਓਰੀਜਨਲ ਅਸੀਂ ਇਹਨਾਂ ਨੂੰ ਕਸੂਰਵਾਰ ਨਹੀਂ ਠਹਿਰਾਉਂਦੇ ਅਸੀਂ ਆਪਣੇ ਆਪ ਨੂੰ ਕਸੂਰਵਾਰ ਠਹਿਰਾਉਂਦੇ ਹਾਂ ਕਬੂਤਰਬਾਜ਼ੀ ਇੱਕ ਐਸਾ ਸ਼ੌਕ ਹੈ ਕਿਉਂਕਿ ਮੈਂ ਬਚਪਨ ਵੀ ਇਹਦੇ 'ਚ ਗੁਜ਼ਾਰਿਆ ਜਵਾਨੀ ਵੀ ਮੈਂ ਸਾਰੀਆਂ ਸਟੇਜਾਂ ਸੀ
ਦੋਹਾਂ ਭਰਾਵਾਂ ਨੇ ਵੇਖੀਆਂ ਹੋਈਆਂ। ਇਹਦੇ 'ਚ ਜਿਹੜਾ ਕਬੂਤਰਬਾਜ਼ ਸਬਰ ਤਹੱਮਲ ਦੇ ਨਾਲ ਆਪਣੀ ਕਬੂਤਰਬਾਜ਼ੀ ਕਰੇਗਾ ਨਾ, ਉਹ ਕਾਮਯਾਬ ਹੈ। ਜਿਹੜਾ ਕਹਿੰਦਾ ਨਾ ਮੈਂ ਰਾਤੋਂ ਰਾਤ ਉਸਤਾਦ ਬਣ ਜਾਵਾਂ, ਰਾਤੋਂ ਰਾਤ ਬਾਦੀਆਂ 'ਚ ਆ ਜਾਵਾਂ, ਉਹ ਮਾਰ ਖਾ ਜਾਂਦਾ। ਕਬੂਤਰ ਨੂੰ ਉਡਾਉਣ ਦਾ ਇੱਕ ਪ੍ਰੋਸੈਸ ਹੈ, ਇੱਕ ਤਰੀਕਾ ਹੈ। 100-200 ਬੱਚਾ ਇਕੱਠਾ ਕਰਕੇ ਬਾਹਰ ਕੱਢ ਕੇ ਪੱਲਾ ਮਾਰ ਦੇਣਾ, ਇਹ ਕੋਈ ਕਬੂਤਰਬਾਜ਼ੀ ਨਹੀਂ ਹੈ। ਸਹੀ, ਤੁਸੀਂ 100-200 'ਚ 10 ਢਿੱਲੇ ਜਿਸਮ ਦੇ ਬਿਮਾਰ ਨਾ, ਉਹਨਾਂ ਨੇ ਕਿੱਥੋਂ ਆਉਣਾ? ਉਹਨੇ ਕਿੱਥੋਂ? ਤੁਸੀਂ ਕਹਿਣਾ ਜੀ ਇਹ ਜੋੜਾ ਤੋੜ ਦਿਓ। ਕਬੂਤਰ ਨੂੰ ਆਰਾਮ ਨਾਲ ਥੋੜ੍ਹੇ ਥੋੜ੍ਹੇ ਤਾਦਾਦ 'ਚ ਕਰਕੇ ਉਡਾਇਆ ਜਾਏ, ਔਰ ਉਡਾਉਣ ਤੋਂ ਪਹਿਲੇ ਰੈਗੂਲਰ ਫਿਰਤਾਂ ਦੇ ਵਿੱਚ ਕਬੂਤਰ ਦਾ ਵਜ਼ਨ ਚੈੱਕ ਕੀਤਾ ਜਾਏ। ਕਿਆ ਬਾਤ ਹੈ, ਵਾਹ ਵਾਹ, ਇਹ ਕਿਸ ਵਜ਼ਨ 'ਚ ਉੱਡ ਰਿਹਾ ਹੈ। ਫਿਰ ਸੁਬਹਾ ਉਡਾਉਣ ਲੱਗਿਆ ਉਹਦਾ ਵਜ਼ਨ ਚੈੱਕ ਕਰੋ ਕਿ ਆਪਣੇ ਵਜ਼ਨ 'ਚ ਹੈ, ਅਤੇ ਘਰ ਆ ਜਾਏਗਾ। ਕਬੂਤਰ ਅੰਦਰੋਂ ਟੁੱਟ ਗਿਆ ਹੈ, ਬੈਠਾ ਹੈ, ਬੋਲ ਰਿਹਾ ਅੰਦਰ, ਤੁਹਾਨੂੰ ਪਤਾ ਹੀ ਨਹੀਂ ਕਿ ਅੰਦਰੋਂ ਟੁੱਟਾ ਹੋਇਆ। ਟੁੱਟਾ ਹੋਇਆ, ਉਹਦਾ ਟਾਈਮ ਹੈ 6-7 ਵਜੇ ਦਾ, ਉਹ ਆ ਗਿਆ 2 ਵਜੇ, 12 ਵਜੇ ਆ ਗਿਆ। ਤੁਸੀਂ ਉਹਦਾ ਟਾਈਮ ਦਾ ਲਾਲਚ ਕੀਤਾ, ਦੁਸਰ ਮਾਰ ਦਿੱਤੀ ਆ ਉਹਨੂੰ ਕਿ 7 ਵਜੇ ਆਏ, ਉਹਨੇ ਆਉਣਾ ਹੀ ਨਹੀਂ। ਉਹਨੇ ਕਿੱਥੇ ਆਉਣਾ, ਜਾਣਾ ਲੈ ਕੇ ਚਲਾ ਗਿਆ ਜੋ ਵੀ ਹੈ। ਮਤਲਬ ਕਿ ਇਨਸਾਨ ਦੇ ਅੰਦਰ ਆਪਣੀ ਫੋਲਟਸ ਹੁੰਦੇ ਨੇ ਜਿਹਦੇ ਵਿੱਚ ਕਬੂਤਰ ਜ਼ਾਇਆ ਹੁੰਦਾ। ਬਾਕੀ ਇਹਦੇ 'ਚ ਕਬੂਤਰਾਂ ਦਾ, ਹਾਂ, ਉੱਡਣ ਵਾਲੀ ਬਰੀਡ ਤੁਹਾਡੇ ਕੋਲ ਹੈ। ਦੇਖੋ ਇਹਦੇ 'ਚ ਸਭ ਤੋਂ ਪਹਿਲੇ ਦੇਖਿਆ ਜਾਂਦਾ ਹੈ ਨਸਲ, ਇਹਦੇ 'ਚ ਬਰੀਡ ਕਿਹੜੀ ਬਰੀਡ ਹੈ, ਇਹਦੇ 'ਚ ਬਲੱਡ ਕੀ ਹੈ। ਜਿਹੜਾ ਖਾਨਦਾਨੀ ਕਬੂਤਰ ਹੋਏਗਾ, ਅੱਛੇ ਬਲੱਡ ਦਾ ਕਬੂਤਰ ਹੋਏਗਾ, ਉਹਦੇ ਪੁਆਇੰਟਸ ਤਕਰੀਬਨ ਪੂਰੇ ਹੋਣਗੇ। ਯਾਦ ਰੱਖਣਾ ਇੱਕ ਗੱਲ, ਅਗਰ ਇੱਕ ਅੱਧਾ ਕੋਈ ਕਮੀ ਆ ਗਈ ਹੈ ਤਾਂ ਉਹ ਬੰਦਾ ਆਪ ਦੂਰ ਕਰ ਦਿੰਦਾ। ਇਹ ਜਿਹੜਾ ਲੋਕੀ ਪੇ ਕਹਿੰਦੇ ਨਾ ਇੱਕ ਪੱਤਾ ਦੁੰਮ, ਇਹ 1962 'ਚ ਦਿਲਾਵਰ ਖਾਨ ਸਾਹਿਬ ਨੇ ਸਾਨੂੰ ਕਬੂਤਰ ਫੜਨਾ ਸਿਖਾਇਆ ਸੀ, ਅਤੇ ਉਹਨਾਂ ਨੇ ਨਾਲ ਕਿਹਾ ਸੀ ਕਿ ਕਬੂਤਰ ਫੜੋ। ਜਦੋਂ ਫੜਿਆ ਸੀ ਅਤੇ ਪਿੱਛੋਂ ਬੰਦ ਸੀ, ਅਤੇ ਉਹਨਾਂ ਨੇ ਕਿਹਾ ਪਿੱਛੋਂ ਇਸ ਤਰ੍ਹਾਂ ਹੋਣਾ ਚਾਹੀਦਾ, ਅੱਗੋਂ ਚੌੜਾ ਪਿੱਛੋਂ ਬੰਦ, ਛਾਤੀ ਚੌੜੀ ਔਰ ਪਿੱਛੋਂ ਬੰਦ। ਸਹੀ, ਇਹ ਦੁੰਮ ਬੰਦ ਜਿਹੜੀ ਹੈ ਨਾ, ਬਿਲਕੁਲ ਹੀ ਬੰਦ, ਇਹ ਜਾਂ ਬਿਲਕੁਲ ਹੀ ਜੋੜ ਬੰਦ, ਇਹ ਕੰਸੈਪਟ ਨਹੀਂ ਸੀ, ਇਹ ਤਾਂ ਹੁਣ ਨਿਕਲ ਆਇਆ। ਦਿਲਾਵਰ ਖਾਨ ਸਾਹਿਬ ਨੇ ਉਦੋਂ ਤੁਹਾਨੂੰ ਦੱਸਿਆ ਸੀ? ਯੈਸ, ਉਦੋਂ ਦੱਸਿਆ ਸੀ, ਇਹ 1962 ਦੀ ਗੱਲ ਹੈ। ਯਾਨੀ ਇਹ ਬਰੀਡ ਦੇ ਵਿੱਚ ਚੁੱਕੇ ਓਰੀਜਨਲ ਬਰੀਡਾਂ ਸਨ, ਇਹਨਾਂ 'ਚੋਂ ਚੀਜ਼ ਪਾਈ ਜਾਂਦੀ ਸੀ, ਪਿੱਛੋਂ ਬੰਦ ਸਨ, ਕੁੰਦਾ ਵੀ ਠੀਕ ਸੀ, ਅੱਖ ਵੀ ਠੀਕ ਸੀ, ਜੋੜ ਵੀ ਠੀਕ। ਜੋੜ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਅੱਜ ਕੱਲ੍ਹ ਜੋੜ ਦਾ ਬੜਾ ਚੱਲ ਰਿਹਾ, ਟਰੈਂਡ ਚੱਲਦਾ ਪਿਆ ਬੰਦ ਦੁੰਮ ਦਾ ਅਤੇ ਜੋੜ ਦਾ। ਦੁੰਮ ਤਾਂ ਕਿਸੇ ਹੱਦ ਤੱਕ ਠੀਕ ਹੈ, ਮੈਂ ਮੰਨਦਾ, ਇਹ ਜੋੜ ਜਿਹੜਾ ਨਾ, ਜੋੜ ਕਦੀ, ਲੋਕ ਕਹਿੰਦੇ ਨੇ ਜੀ ਇਹ ਕਬੂਤਰ 7 ਵਜੇ ਬੈਠਾ ਆ ਕੇ, ਇਹਦਾ ਜੋੜ ਦੇਖੋ, ਜੋੜ ਫੜਿਆ ਉਹਦਾ, ਜੋੜ ਬੜਾ ਮੁਨਾਸਬ ਹੈ ਉਹਦਾ, ਪੂਰਾ ਬੰਦ ਹੈ ਕਹਿ ਲਓ, ਠੀਕ ਹੈ। ਔਰ ਉਹਨਾਂ ਨੇ ਜਦੋਂ ਉਹ ਪਰਵਾਦੇ ਪਿਆ ਸੀ ਉਦੋਂ ਕਬੂਤਰ ਨਹੀਂ ਵੇਖਿਆ ਕਿ ਉਦੋਂ ਇਹਦੇ ਜੋੜ ਕੀ ਸਨ। ਬਹੁਤ ਅਹਿਮ ਗੱਲ ਹੋ ਰਹੀ ਦੋਸਤੋ, ਗੌਰ ਨਾਲ ਸੁਣਨਾ ਤੁਸੀਂ, ਠੀਕ ਹੈ। ਉਦੋਂ ਜੋੜ ਨਹੀਂ ਵੇਖੇ, ਜਦੋਂ 7 ਵਜਾਣ ਲੱਗ ਪਿਆ ਅਤੇ ਉਦੋਂ ਜੋੜਾਂ 'ਤੇ ਨਜ਼ਰ ਪੈ ਗਈ ਹੈ। ਔਰ ਪਹਿਲੇ ਉਦੋਂ ਦੇਖੋ ਜਿਹੜਾ ਜਦੋਂ ਇਹ ਘੰਟਾ ਉੱਡਦਾ ਸੀ, ਬੰਨ ਕੇ ਪਿੰਨਾਂ ਲਾ ਕੇ ਤੁਸੀਂ ਬਾਹਰ ਛੱਡਿਆ ਸੀ ਬੱਚਾ। ਸਹੀ ਗੱਲ, ਕਬੂਤਰ ਜਦੋਂ ਪਰਵਾਦਾਂ 'ਚ ਪੈਂਦਾ, 1-2 ਸਾਲਾਂ ਹੁੰਦਾ, ਉਹਦੇ ਜਿਸਮ ਮਸਕੂਲਰ ਬਣਦੇ ਨੇ, ਜਿਸਮ ਉਹਨਾਂ ਦੇ ਖਿੱਚੇ ਜਾਂਦੇ ਨੇ, ਜਿਸਮ ਫੜਦੇ ਹੋ ਨਾ ਕਬੂਤਰ ਪਰਵਾਦ ਵਾਲਾ, ਤਿਆਂ ਜਾਂ ਜਿਵੇਂ ਇੱਟ ਫੜ ਲਈ ਆ, ਕੀ ਵਜ੍ਹਾ ਹੈ ਕਿ ਉਹਨਾਂ ਦਾ ਬਦਨ ਜਿਸਮ ਬਣਿਆ ਹੋਇਆ। ਜਦੋਂ ਬਣਦਾ ਨਾ ਤਾਂ ਫਿਰ ਜੋੜ ਫਲੈਕਸੀਬਲ ਹੁੰਦੇ ਨੇ, ਉਹ ਐਨ ਸ਼ਰਿੰਕ ਹੁੰਦਾ, ਫਿਰ ਜੋੜ ਆਪਣੀ ਅਸਲੀ ਹਾਲਤ 'ਚ ਨਹੀਂ ਰਹਿੰਦੇ। ਸਹੀ ਗੱਲ, ਫਿਰ ਉਹਦੇ ਨਾਲ ਜੋੜ ਵੀ ਬਣ ਜਾਂਦੇ, ਐਕਸਰਸਾਈਜ਼ ਨਾਲ ਜੋੜ ਵੀ ਬਣਦੇ ਨੇ। ਜੋੜ ਦਾ ਕਨੈਕਸ਼ਨ ਹੱਡੀ ਨਾਲ ਨਹੀਂ ਹੈ, ਬੈਕ ਬੋਨ ਨਾਲ ਹੈ, ਕਮਰ ਨਾਲ ਹੈ, ਸਪਾਈਨ ਨਾਲ ਹੈਗਾ, ਠੀਕ ਹੈ। ਜਦੋਂ ਉਹਦੇ ਨਾਲ ਹੈ ਤਾਂ ਸਾਰਾ ਜ਼ੋਰ ਤਾਂ ਉੱਥੇ ਪੈਣਾ, ਉਹਨੇ ਤਾਂ ਖਿੱਚਿਆ ਜਾਣਾ। ਕਬੂਤਰ ਜਦੋਂ ਪਰਵਾਦ 'ਚ ਪਾਉਂਦੇ ਹੋ ਐਡਾ ਲੰਬਾ ਹੁੰਦਾ, ਜਦੋਂ ਬਾਜ਼ੀ 'ਚ ਪਾਉਂਦੇ ਹੋ ਉਹ 2 ਇੰਚ ਸ਼ਰਿੰਕ ਹੋ ਗਿਆ ਹੁੰਦਾ, ਕੀ ਵਜ੍ਹਾ ਹੈ? ਉਹਦਾ ਜਿਸਮ ਆਪਣੀ ਅਸਲੀ ਹਾਲਤ 'ਤੇ ਆ ਕੇ ਬਣ ਜਾਂਦਾ, ਉਦੋਂ ਅਥਲੀਟ ਬਣ ਜਾਂਦਾ, ਉਹਦਾ ਅਥਲੀਟ, ਜਦੋਂ ਉਹਨੇ ਅਥਲੀਟ ਬਣਨਾ ਉਦੋਂ ਉਹਦੇ ਜੋੜਾਂ ਤੱਕ ਅਥਲੀਟ ਬਣਨਾ ਉਹਨੇ।
बाकी दुम बंद जी है दुम का तलक जो देखो साढ़े कबूतर सारे परेल कबूतर असि पसंद ही परेल करने हैं ठीक है सिंगल बदन के कबूतर नहीं पसंद देखो लोग कहें यार छोटी जी हड्डी है सिंगल बदन है दा 7 बजे बैठा है वह बह गया बई वो अंदर खून अच्छा सी बह गया अगली बारी वो 5 बजे आ गया तीसरी बारी उतो नहीं आया या तो ये कहो ना कि छोटे वजूद का कबूतर जड़ा है सिंगल वजूद का कबूतर जड़ा है ये 7 बादियां जो चा चौके दे विच आया है इन्हें टाइम नहीं छड़िया फिर तो ठीक है सारी दुनिया रख लवे जिवें पिपलां वाले कबूतर ने वो वड्डी बाडियां दे बिल्कुल और 11-11 बाजियां 11-12 दी क्यों उड़दे ने और उसी टाइम ते बैंदे ने जिथे बैंदे बैंदे टाइम ही नहीं तोड़ेगा ते बाकी कबूतरबाजी सब तो ज्यादा कबूतर तो एक कला की चीज है ना जी अच्छा होना चाहिए बंदा भी अच्छा हो उड़ाने वाला कारीगर भी होना चाहिए और जेडे उहदे अपने कबूतर उड़न वाले ने उहदा नफसियात तो वाकफ होवे उहनादे विच वड़िया होवे एक कबूतर नूं कीड़ी खुराक चाहिए है इहनूं मैं कीड़ी खुराक ते उड़ाना है सही इस चीज़ की भी नॉलेज तो समझ होनी चाहिए बिल्कुल तद ही तुसीं सुबह उड़ान लगे उहदा वजन चैक कर लोगे ना असी जो उड़ाने सा जवानी दे विच दो दो तीन तीन सीजन कबूतर पूरे रहिंदे सन हुण की कहिंदे ने यार अज 100 नूं पल्ला मारिया सी 40 नहीं आए सही गल है 40 नहीं आए बाजियां च भी इंज ही हुंदा फड़ लो फड़ लो फड़ लो फड़ लो कबूतर नूं खुराक दे देनी जिनी आप खानी उन्नी कबूतर नूं दे देनी वह कबूतर नूं कबूतर समझ के खुराक दिओ वाह जिनी वह संभाल लवे जिनी हजम कर लवे जिहड़ा लालच तमा खुराक तुसीं कबूतर नूं देनी है लालच तमा तुहानूं है सही गल है क्या बात मनु दिलावर खान साहब अल्लाह जनरल सी वर कहंदे हुंदे सी कि रेगुलर फिरतां दे विच ही बाजियां उड़ा दिया करो पहली बाजी च कबूतर घट उड़नगे दूसरी तीसरी चौथी च अगे निकल जाणगे लोकां नूं पता ही नहीं जोर लोए अगे चांस घट ना आंदे अगो वध के बैठेगा दिन ब दिन ज्यादा पावर च आएगा और वधेगा क्या बात अच्छा इन्हां दे पल्ले कहो जी सी शुरू च किन्ना दे कबूतरां दे जिहड़े लाल अखां ले या तोसी कबूतर या तुहाडे कोल लाल दो किस्म दे पल्ले सन एक गोल पल्ले दा साइलेंट दे गल एक गोल पल्ले दा एक नोकदार पल्ले दा लेकिन ये हुण जिहड़े असीं बनाए न ये पूरे चले न गोल कुंदे दे भी ते थोड़े जे नुकीले पर नुकीले भी लेकिन पर चौड़े न पर चौड़े वो गैप दा सी अज भी जोड़ा लाने लगे इस चीज़ का ध्यान रखने देखो 5 पॉइंट 6 पॉइंट 10 पॉइंट कबूतरी यार सारे पॉइंट्स तुसी बना लोगे दुम भी छोटी कर लोगे एक पत्ते की कर लोगे ठीक है छाती भी उसकी बेचारे की घटा दोगे लेकिन वो जो ब्लड है वह कितों लियाओगे वह कितों लियाओगे सही गल कबूतर की अख जी है वो ही ब्लड दसेगी तुसी लाल अख च सियालकोटी पा लो हुण लाल अख दी तिलक जिहड़ा बरीक है साडा किसे कबूतर का तिलक जिहड़ा ना मोटा नहीं वह मोटा नहीं होएगा क्यों नहीं होएगा कि ये ओरिजिनल ब्रीडा के नज़दीक है ओरिजिनल ब्रीड के नज़दीक ना क्रॉस नहीं पे हुए जिहड़ा इन्हां दा तिलक खराब हो जाए सही हुण सियालकोटी कबूतर अपना तिलक जिहड़ा वो मोटा ट्रांसफर कर देगा ना मादी कर देगा तो जो मोटा कर देगा तो फैल जाएगा पता लगेगा जी ये सियालकोट का क्रॉस है हाँ बरीक तिलक ना बरीक तिलक लाओगे वह तिलक खराब नहीं होएगा नस्ली कबूतर की अख बरीक तिलक होएगा याद रखना रंग जिहड़ा मर्जी होवे तिलक बरीक होवे सिर मोटा होवे
ठीक है, और पुत्तर तो टुटदा फिरदा पता लग जाता, लोग तो फड़ते हैं वाह वाह वाह, अख देखी वाह 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 वाह, बस अख इन्नी क डीप तरीके नाल देखनी चाहिए है जिस नाल लोकी पढ़ाई करते हैं, अख नूं पढ़िया जाए, पढ़िया जाने का तरीका भी ध्यान है ना, वो हम तुसी सादी इम्तिहान च बैठोगे ना, पहले तो पढ़ना सीखो, पहले तो कबूतर नूं फड़ना सीखो, ओदी अख नूं देखना सीखो, सही गल, फिर देखो ओदी अख च की है वो पढ़ो, सही गल। किस तरह स्टडी की जाती अख? मैं कहना हुन्ना अच्छे कबूतर तुसी रखे हो ना तुहानू ओही उस्ताद बना देंगे, ओही उस्ताद बना, ओही उस्ताद बना देंगे। अजकल लाल अखे कबूतरां दे भी सिर निके निके करते ने, वो क्रॉसां नाल बेड़ा गर्क करता है कबूतरां दा। देखो कबूतर बैठा आ नर नर ते लगे, हाय हाय वाह वाह, मादी बैठी मादी लगे, इंसाफ ते ऐ वे। तुसी किस किस्म दे कबूतर नू प्रेफर करदे हो जोड़ियां च पैण वाला? मैं तां दसना ना पिया, अख दे रंग नू तुसी इक साइड ते करदे हो, उहदा तिलक बरीक होवे, सिर मोटा होवे, कुंदा जोड़ पॉइंट्स अपने पूरे रखदा होवे, तुसी उह जोड़े च पा लो, बड़ी सीधी जी गल है। जिदे कोल ओही करेगा ना जिदे कोल पूरा मटीरियल है, ते जिन्ने हुण कबूतरां दी सुन लो लोकां नूं तुहाडे अच्छे जोड़े दा बच्चा मार खा गया इक वारी, वो इक्को वारी मार खाएगा, जिथे वो गया ना उन्हें उत्थे 7 बजे तक परवादां देनी है, तुसी पिछे जोड़ा तोड़ दिता है, सही गल, ਉਹ ਇੰਨੀ ਕੁ ਤਾਂ ਤੁਸੀਂ ਕੋਮਨ ਸੈਂਸ ਰੱਖੋ ਨਾ, ਇੰਨੀ ਕੁ ਤਾਂ ਅਕਲ ਹੋਣੀ ਚਾਹੀਦੀ ਹੈ ਤੁਹਾਡੇ 'ਚ ਕਿ ਜੀ ਇਹ ਜੋੜਾ ਮੈਂ ਲਾਇਆ ਕੋਈ ਠੀਕ ਹੈ ਯਾਰ, ਇੱਕ ਬੱਚਾ ਚਲਾ ਗਿਆ ਫਿਰ ਸੋ ਵੱਟ, ਮੇਰੀ ਗਲਤੀ ਨਾਲ ਗਿਆ ਹੋਏਗਾ, ਸਹੀ ਗੱਲ, ਸਾਰੇ ਬੱਚੇ ਇੱਕੋ ਜਿਹੇ ਦੇ ਨਹੀਂ ਨਿਕਲਦੇ, ਸਾਰੇ ਬੱਚੇ ਇੱਕੋ ਜਿਹੇ ਨਹੀਂ, ਕਿਸੇ ਦੇ ਵੀ ਨਹੀਂ, ਕਿਸੇ ਜੀ ਨਹੀਂ ਚਲੇ ਜਾਓ, ਕਿਸੇ ਮਖਲੂਕ ਹੀ ਚਲੇ ਜਾਓ, ਸਾਨੂੰ ਕੁੱਤਿਆਂ ਦਾ ਸ਼ੌਕ ਹੈ, ਕੁੱਤੇ ਕੁੱਤੀ ਸੁਣਦੀ ਹੈ, ਉਹਦੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ, ਨਹੀਂ ਹੁੰਦੇ, ਸਹੀ, ਇਨਸਾਨਾਂ ਦੇ ਨਹੀਂ ਹੁੰਦੇ, ਸ਼ੇਰਾਂ ਦੇ ਨਹੀਂ ਹੁੰਦੇ, ਸਭ ਦੇ ਦੇਖ ਲਓ ਇੱਕੋ ਜਿਹੇ ਨਹੀਂ, ਤੇ ਕਬੂਤਰਾਂ ਦੇ ਕਦੋਂ ਹੋਣਗੇ? ਵਾਹ ਲੋਈ ਸਾਜੀ, ਹੁਣ ਸਾਨੂੰ ਟਿਪੀਕਲ ਜਿਹੜੇ ਲਾਲ ਅੱਖੇ ਕਬੂਤਰ ਨੇ ਜਿਨ੍ਹਾਂ ਨੂੰ ਹੀਰਾ ਲਾਲ ਵੀ ਕਿਹਾ ਜਾਂਦਾ, ਦਿਲਾਵਰ ਖਾਨ ਸਾਹਿਬ ਵੱਲੇ ਵੀ ਕਿਹਾ ਜਾਂਦਾ, ਹੋਰ ਵੀ ਟਾਈਪਸ ਦੇ ਤੁਸੀਂ ਨਾਂ ਦਿੱਤੇ ਹੋਏ ਨੇ, ਉਹਨਾਂ ਦਾ ਸਭ ਤੋਂ ਪਹਿਲੇ ਉਹਨਾਂ 'ਚ ਕੈਟੇਗਰੀ ਜਿੰਨੀਆਂ ਨੇ ਨਾ ਉਹਨਾਂ ਦਾ ਸ਼ੌਕ ਕਰਵਾਓ, ਅਤੇ ਫਿਰ ਅਸੀਂ ਨੈਕਸਟ ਵੀ ਜਿਹੜੇ ਸਾਡੇ ਦੂਸਰੇ ਕਬੂਤਰ ਨੇ ਤੁਸੀਂ ਪਹਿਲੇ ਹੀਰਾ ਲਾਲ ਚਿੱਟੀਆਂ ਅੱਖਾਂ ਵਾਲੇ ਉਹਨਾਂ ਦਾ ਵੀ ਸ਼ੌਕ ਦਿੰਦੇ ਹਾਂ, ਪਹਿਲੇ ਸੰਦੂਰੀ ਪਲਕ ਵੀ ਬਹੁਤ ਵਰਾਇਟੀ ਹੈ ਸਾਡੇ ਕੋਲ, ਲੇਕਿਨ ਖਾਸ ਖਾਸ ਦਿਖਾ ਦਿੰਦੇ ਹਾਂ, ਇਹਨਾਂ ਨੂੰ ਕਦੀ ਦੂਸਰੀਆਂ ਬਰੀਡਾਂ ਦੇ ਵਿੱਚ ਵੀ ਪਾਇਆ ਤੁਸੀਂ ਖੁਦ? ਦੂਸਰੀ ਬਰੀਡਾਂ 'ਚ ਕ੍ਰੋਸ ਕਰ ਰਹੇ ਹਾਂ, ਮੈਨੂੰ ਕੋਈ ਅੱਛਾ ਲੱਗਦਾ ਕਲਰ ਅਤੇ ਮੈਂ ਉਹਨੂੰ ਸੰਦੂਰੀ ਪਲਕ ਕਰਨ ਲਈ ਸੰਦੂਰੀ ਨੂੰ ਕ੍ਰੋਸ ਕਰ ਦੇਣਾ, ਵੱਡਾ ਵਾਲੇ ਸੰਦੂਰੀ ਪਲਕ ਵਾਲੇ ਬਣਾਤੇ, ਨੀਲੇ ਬਣਾਤੇ, ਲਾਕੇ ਬਣਾਤੇ, ਇਹਦੇ 'ਚ ਉਹ ਇਸ ਵਾਸਤੇ ਬਣਾਤੇ ਕਿ ਬਾਹਰ ਦਾ ਕ੍ਰੋਸ ਕੋਈ ਨਹੀਂ ਹੈਗਾ, ਸਾਨੂੰ ਦੋਵਾਂ ਕ੍ਰੋਸਾਂ ਦਾ ਪਤਾ, ਬਾਹਰ ਦਾ ਕ੍ਰੋਸ ਲਿਆ ਕੇ ਮੈਨੂੰ ਫੜਾਈ। ਤੁਸੀਂ ਇੱਕ ਹੋਰ ਸਾਨੂੰ ਗੱਲ ਦੱਸ ਰਹੇ ਸੀ ਕਿ ਦਿਲਾਵਰ ਖਾਨ ਸਾਹਿਬ ਦੀ ਇੱਕ ਡਾਇਰੀ ਤੁਹਾਡੇ ਕੋਲ ਹੈਗੀ ਹੈ, ਹਾਂਜੀ, ਉਹ ਜ਼ਰਾ ਮੈਂ ਚਾਹਾਂਗਾ ਜ਼ਰਾ ਤਫਸੀਲ ਨਾਲ ਉਹਦੇ ਵਿੱਚ ਕ੍ਰੋਸ ਉਹਨਾਂ ਨੇ ਦੱਸੇ ਹੋਏ ਸੀ ਉਹਦਾ ਜ਼ਿਕਰ ਤੁਸੀਂ ਕਰੋ। ਕ੍ਰੋਸ ਜਿਹੜੇ ਨਾ ਜੀ ਉਹ ਆਪਣਾ ਜਿਹੜੇ ਨਾ ਉਹਨਾਂ ਦੇ ਜਿਹੜੇ ਉਹ ਕ੍ਰੋਸ ਨਹੀਂ ਪਾ ਸਕੇ, ਜਿਹੜੇ ਉਹਨਾਂ ਨੇ ਆਪਣੀ ਡਾਇਰੀ ਦੇ ਆਖਰ 'ਤੇ ਲਿਖਿਆ ਕਿ ਮੈਂ ਇਹ ਇਹ ਕ੍ਰੋਸ ਮੈਂ ਪਾਉਣਾ ਚਾਹੁੰਦਾ ਸਾਂ ਤਾਂ ਮੈਂ ਨਹੀਂ ਪਾ ਸਕਿਆ, ਉਹ ਅੱਗੋਂ ਕ੍ਰੋਸ ਮੈਂ ਸ਼ੁਰੂ ਕਰ ਦਿੱਤੇ। ਅੱਛਾ, ਮੈਂ ਕਿਹਾ ਜੀ ਅੱਲਾਹ ਨੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਅਤੇ ਚਲੋ ਅਸੀਂ ਉਹਨਾਂ ਦੇ ਜਿਹੜਾ ਉਹ ਪੂਰਾ ਕਰ ਦਈਏ, ਅਸੀਂ ਉਹ ਦੇਖ ਲਈਏ, ਉਹ ਤੁਸੀਂ ਕਰਦੇ ਪਏ। ਹਾਂਜੀ, ਅਤੇ ਕਿਹੜੇ ਕਿਹੜੇ ਨਵੇਂ ਰੰਗਤਾਂ ਬਣੀਆਂ ਨੇ? ਨਵੇਂ ਤੁਹਾਨੂੰ ਮੈਂ ਦਿਖਾਉਣਾ, ਹੁਣੇ ਪਹਿਲੇ ਆ ਥੋੜ੍ਹੇ ਜਿਹੇ ਤੁਸੀਂ ਹੀਰਾ ਲਾਲ ਦੇਖ ਲਓ, ਲੋਈ ਹੈ ਹੀਰਾ ਲਾਲ ਸੰਦੂਰੀ ਪਲਕਾਂ ਵਾਲੇ, ਜਿਹੜੇ ਦੋ ਨੰਬਰ, ਹਾਂਜੀ ਦੋ ਨੰਬਰ ਹੈ, ਹਾਂਜੀ ਇਹ ਨਾਲ
क्या बात है यार, माशाल्लाह। हले भी उस्ताद जी अखबार नहीं पाई जाती है जी, अख जल्दी नहीं मिलती। देखो हूँ लोकी संधूरी पलक चली गई होएगी लोगों को, क्योंकि साढ़े को काफ़ी देर की बाहर निकलती है पी, लेकिन अख नहीं होएगी है। सही, अख नहीं होएगी। दरमियाना पर जी हाँ, यह क्रॉस बनाया है। वाह, उन्हें पर दस रहे हैं कि गोल कुंदा ते बरीक कुंदा जिहड़ा ना उपरों नोकदार कुंदा ये उहदे क्रॉस च बने मिले हुए हैं। और यह डेढ़ बदन कहलाएगा। हाँ यह डेढ़ बदन कहलाएगा। हुण मैं दसो ये डेढ़ बदन च की कमी है? कोई कमी नहीं। उड़न वाला है, सात बाजियां लगातार उड़ा लो, ग्यारह बाजियां उड़ा लो, उड़ेगा, दो घंटे घट उड़ जाएगा। बहुत उसन है, बहुत राश, क्या बात है। ए एदी एदे नाल माती है। देखो उस्ताद होना दे मेकिंग चेक करो, कबूतर ठीक ठाक साइज दा सी, अगो मादी की नील आई है, ऐ मेकिंग है यार, क्या बात है। जेहो जी नोक है, जेहो जी पलक है, ओहो जी अख है। ये रला लियो, दो तीन और पढ़ लियो। तोसी ने जेड़े ओ वाइट अख दे ने, इन्हां नूं उन्हां च भी पाया? नहीं, यह हूँ असी शुरू करांगे इस वास्ते कि इहदे च इक होर संदूरी पलक लगेगा। क्या बात है, माशाल्लाह, यूनिक तरीन कबूतर है गे। ए साडे सलारे ने, ए उन्ना सलारे चो जेड़े मैं तुहानू दस्या कि स्टार्ट च, स्टार्ट च सलारे जेड़े हुण इहनां दी अख पलक मैनू नहीं लगदा कितें कितें बाहर होएगी। यह भी संधूरी पलक च ही है, आंदी पलक आंदी क्योंकि प्लहट शेड ज्यादा दे। देखो ये पता की है, अगो जो तो बच्चे कर दें ना तो गहरी संदूरी पलक दे भी कर दें, लाइट दे भी कर दें, क्योंकि इन्हों की पिछे हिस्ट्री वो है। अच्छा अखा तुसी दस दो, तीन किस्म दियां कट दे ने, कलेजी लाल ते पिंक डो पिंकल, तीन किस्म दियां ओ जमाने ही सन। हुण मिक्स कर दित्ती है असी, हुण ए अख तुहानू बाहर ओ ही मिलेगी ना जिहड़े जिन्ने तीन मिक्स कीती होणगी। हां क्या बात है, माशाल्लाह। तुहाडी फेवरेट अख है ना जो केड़ी? मेरी तो फेवरेट, देखो जी मैं तो फेवरेट ही अखा रखी है ना सारियां, ते फेवरेट ही ब्रीडा रखी हुई है, मेरे लिए तो सारे ही फेवरेट। तुसी अपने तजर्बे दे हिसाब ना एक अख तुहानू मिल गई बाहरों कितो, और वो केड़ी अख होएगी जिहड़ी तुसी समझोगे यार है साडे कबूतरां दी अख है? गल पता की हैगी है, मैं कदी किसी कोलों गिफ्ट लिता ही नहीं अज तक। एक बड़ा वड्डा उस्ताद है पाकिस्तान लैवल का, मैं उहदा नां नहीं लैणा चाहुंदा, वह मेरे लिए एक गिफ्ट लियाया सी, चूंकि गिफ्ट लियाया सी तो मैं एक्सैप्ट कर लिया। और जान लगे जो उन्हें कबूतर मेरे नहीं सी देखे हुए, जो उन्हें कबूतर देख लेने तो कहता जी है मेरा गिफ्ट वापस कर दियो, उसकी जगह इतने नहीं हैगी। मगर नहीं, ये तेरा गिफ्ट है, मैं दिल जानना पसंद करना है, कोई गल क्या बात, बाद चो फिर मैं चलो रखे नहीं रखे बाद की गल, बाद की गल। तो इस वास्ते ये देखो जेड़ा कबूतर तुहाडे कोल है ना, तुसी ओदी ओदे च जिहड़ा ब्लड है अख है ओदी तुहानू शनाखत ते होवे ना, तद ही ओदे बारे दसोगे। तुसी कहोगे जी है फलां घर दा कबूतर सी, फलां घर दी मादा सी, सही टैडी है, तुसी मैनूं दसो ना टैडी दा मां मां दी केड़ी ब्रीड सी ते प्यो केड़े ब्रीड चो सी, कोई दस दवे मैनूं, कसूर दे ही उस्ताद दस देण। टैडी का नाम सीखे
ਸਹੀ ਗੱਲ ਹੈ। ਮਾਂ ਪਿਓ ਦਾ ਨਹੀਂ ਪਤਾ, ਮਾਂ ਪਿਓ ਦਾ ਨਹੀਂ ਨਾ ਪਤਾ ਹੈਗਾ। ਠੀਕ ਹੈ ਸਫੇਦ ਅੱਖਾਂ ਆਇਆ ਸਨ, ਉਹ ਦੱਸਣ ਤਾਂ ਸਹੀ ਕਿ ਫਿਰੋ ਮੈਂ ਕਹਿੰਦਾ ਵਾਂ ਕਿ ਟੈਡੀ ਜਿਹੜੇ ਅਸਲ ਟੈਡੀ ਨਾ ਉਹ ਬਾਂਕਿਆਂ ਚੋਂ ਬਣੇ, ਤੌਸੀ ਅਸੀਂ ਬਾਂਕਿਆਂ ਚੋਂ ਬਣਾਏ। ਅਲੀ ਵਾਲੇ ਜਿਹੜੇ ਸਿਆਲਕੋਟੀਆਂ ਨੇ ਓਰੀਜਨਲ ਅਲੀ ਵਾਲੇ ਬਾਂਕਿਆਂ ਚੋਂ ਬਣੇ। ਮੇਰਾ ਆਪਣਾ ਇੱਕ ਤਜ਼ੀ ਹੈ ਕਿਉਂਕਿ ਸਿਆਲਕੋਟੀ ਕਬੂਤਰ ਮੈਂ ਨਾ ਰੱਖੇ ਨਾ ਮੈਨੂੰ ਉਹਦਾ ਤਜਰਬਾ ਹੈ, ਲੇਕਿਨ ਜਿਹੜੇ ਮੈਂ ਯੂਟਿਊਬ 'ਤੇ ਦੇਖ ਰਿਹਾ ਉਹ ਤੋਂ ਮੈਂ ਅੰਦਾਜ਼ਾ ਲਾ ਰਿਹਾ। ਕਿਆ ਬਾਤ, ਵਾਹ। ਇਹ ਵੀ ਖਾਨ ਸਾਹਿਬ ਨੇ ਹੀਰਾ ਨਾਲ ਹੀਰਾ ਲਾਲ ਨਾਂ ਦਿੱਤਾ ਹੈ। ਹੀਰਾ ਲਾਲ, ਫਿਰ ਤੁਸੀਂ ਹੁਣ ਸਵਾਲ ਉਹ ਜਿਹਾ ਕਰਦੇ ਹੋ ਮੈਨੂੰ ਫਿਰ ਜ਼ਿਕਰ ਕਰਨਾ ਪੈ ਜਾਂਦਾ। ਇਹ ਹੀਰਾ ਲਾਲ ਨਾਂ ਜਿਹੜਾ ਸੀ ਨਾ ਮੀਆਂ ਨਜ਼ੀਰ ਦੇ ਵਾਲਦ ਮੀਆਂ ਮੁਹੰਮਦ ਸੈਨ ਨੇ ਇਹਨਾਂ ਨੇ ਦਿੱਤਾ ਸੀ। ਇਹਨਾਂ ਨੇ ਦਿਲਾਵਰ ਖਾਨ ਸਾਹਿਬ ਦੀ ਛੱਤ 'ਤੇ ਬੈਠ ਕੇ ਕਿਹਾ ਹੀਰਾ ਅਤੇ ਲਾਲ ਨੇ। ਹੁਣ ਅੱਜ ਉਹ ਨਹੀਂ ਪਸੰਦ ਕਰਦੇ ਨਾ ਕਰਨ, ਲੇਕਿਨ ਉਹਨਾਂ ਨੇ ਉਹਨਾਂ ਨੇ ਨਾਂ ਦਿੱਤਾ। ਠੀਕ ਠੀਕ ਲਓ ਇਹ ਪਰਿੰਦਾ ਚੈੱਕ ਕਰੋ। ਖੂਬਸੂਰਤੀਆਂ ਉਸਤਾਦ ਜੀ ਇਹਨਾਂ ਦੇ ਅਨੋਖੀਆਂ ਹੀ ਨੇ। ਨਹੀਂ ਦੇਖੋ ਨਾ ਹੁਣ ਇਹਨਾਂ ਦੇ ਤੁਸੀਂ ਸਿਰ ਦੇਖ ਲਓ, ਹਾਥੀ 'ਚ ਕਬੂਤਰ ਆ ਜਾਏ ਤਾਂ ਚਲੋ ਇਹਦੇ ਸਾਹਮਣੇ ਆ ਜਾਂਦਾ ਸਾਰਾ, ਕਬੂਤਰ ਤਾਂ ਟੁਰਦਾ ਫਿਰਦਾ ਕਹਿੰਦਾ ਮੈਂ ਖਾਨਦਾਨੀ ਹਾਂ, ਮੇਰੇ 'ਤੇ ਨਜ਼ਰ ਮਾਰੋ, ਮੈਨੂੰ ਫੜ ਕੇ ਵੇਖੋ, ਮੇਰੇ 'ਤੇ ਗੌਰ ਕਰੋ। ਕਿਆ ਬਾਤ, ਬਹੁਤ ਹੀ ਗੱਲ, ਵਾਹ। ਕੋਈ ਪਲੈਨਿੰਗਸ ਹੈਗੀਆਂ ਨੇ ਉਡਾਨ ਦੀਆਂ ਦੁਬਾਰਾ? ਪਲਾਨਿੰਗ ਬਸ ਉਹ ਇੱਕ ਸ਼ਾਗਿਰਦ ਨੂੰ ਤਿਆਰ ਕਰਨਾ ਪਿਆ, ਇੱਕ ਦੋਸਤ ਨੇ ਉਹਨਾਂ ਨੂੰ ਤਿਆਰ ਕਰਨੇ ਆ ਪਿਆ, ਤੇ ਦੇਖੋ ਉਮੀਦ ਹੈ ਕਿ ਐਤਕੀ ਕੋਈ ਰਿਜ਼ਲਟ ਆਏਗਾ ਸਾਹਮਣੇ। ਉੱਡਣਗੇ ਫਿਰ ਤਾਂ ਅੱਛੀਆਂ ਆ ਰਹੀਆਂ ਨੇ, ਉੱਥੇ ਪਰਵਾਜ਼ਾਂ ਅੱਛੀਆਂ ਆ ਰਹੀਆਂ। ਕਿਹੜੀ ਜਗ੍ਹਾ? ਹੁਣ ਇਹ ਸਲਾਰਾ ਸਫੇਦ ਬਾਡੀ 'ਚ ਹੈ, ਸਹੀ, ਉਹ ਤੁਸੀਂ ਬੰਦ ਵਾਲੇ ਸਲਾਰੇ ਦੇਖੇ। ਅੱਛਾ, ਫਿਰ ਹਰ ਬਰੀਡ ਜਿਹੜੀ ਹੈ ਅਸੀਂ ਦੋ ਦੋ ਤਿੰਨ ਤਿੰਨ ਅੱਖਾਂ ਦੇ ਵਿੱਚ ਬਣਾਈ ਹੋਈ ਹੈ। ਠੀਕ ਹੈ, ਸਲਾਰੇ ਲਾਲ ਅੱਖ 'ਚ ਵੀ ਨੇ, ਸਲਾਰੇ ਸੰਧੂਰੀ ਪਲਕ 'ਚ ਵੀ ਨੇ, ਸਲਾਰੇ ਸਫੇਦ ਅੱਖਾਂ 'ਚ। ਵਾਹ ਵਾਹ ਵਾਹ। ਇਸੇ ਤਰ੍ਹਾਂ ਹੀ ਹੀਰਾ ਲਾਲ ਸਫੇਦ ਅੱਖਾਂ 'ਚ ਵੀ ਤੁਹਾਨੂੰ ਦਿਖਾਉਂਦੇ ਹਾਂ, ਇੱਕ ਦੋ ਮੇਰੀ ਨਜ਼ਰ ਹੀ ਸਾਹਮਣੇ ਹੈਗੇ ਨੇ, ਬਾਕੀ ਅਸੀਂ ਕ੍ਰੋਸਾਂ 'ਚ ਪਾਏ। ਕਿਆ ਬਾਤ, ਬੜਾ ਸ਼ਾਨਦਾਰ ਕਬੂਤਰ ਹੈ, ਵਾਹ। ਕਿਆ ਬਾਤ, ਵਾਹ ਵਾਹ ਵਾਹ। ਬਸ ਹੋਰ ਕੋਈ ਬੜੀ ਖਾਸ ਚੀਜ਼ ਹੈ ਕਿ ਹੁਣ ਉਹ ਲਿਆਓ ਜਿਹੜੇ ਉਦੋਂ ਕੱਢੇ ਸਨ, ਇਹਨਾਂ ਦੀ ਮੁਲਾਇਮੀਅਤ ਨਹੀਂ ਅਜੇ ਤੀਕਰ ਖਤਮ ਹੋਈ। ਉਸਤਾਦ ਹੋਰਾਂ ਨੇ ਆਪਸ 'ਚ ਵੀ ਲਾਏ ਹੋਣਗੇ ਲੇਕਿਨ ਮੁਲਾਇਮੀਅਤ ਨਹੀਂ ਖਤਮ, ਨਹੀਂ ਮਾਸ਼ਾਅੱਲਾ ਮੁਲਾਇਮੀਅਤ ਨਹੀਂ ਖਤਮ ਹੁੰਦੀ। ਜਿਹੜੀ ਇਹਨਾਂ ਨੂੰ ਇੱਕ ਬਲੱਡ 'ਚ ਜਿਹੜੀ ਚੀਜ਼ ਮਿਲੀ ਹੈ ਅੱਲਾਹ ਤਾਲਾ ਨੇ ਦਿੱਤੀ ਹੈ, ਉਹ ਤਾਂ ਨਹੀਂ ਅਸੀਂ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ। ਬਰੀਡਰ ਅੱਖ ਇਹਨਾਂ 'ਚੋਂ ਕਿਹੜੀ ਹੈ? ਇਹ ਤੁਸੀਂ ਬਰੀਡਰ ਹੀ ਅੱਖਾਂ ਵੇਖ ਰਹੇ ਹੋ। ਅੱਛਾ, ਤਿਲਕ ਦੇਖੋ ਇਹਨਾਂ ਦੇ ਅੱਖ ਦਾ ਸਾਈਜ਼ ਦੇਖੋ, ਸਿਰ ਦਾ ਸਾਈਜ਼ ਦੇਖੋ। ਹੁਣ ਲੋਕੀ ਕਹਿੰਦੇ ਜੀ ਨੀਲੇ ਪੰਜੇ, ਗਹਿਰੇ ਪੰਜੇ, ਜਾਮਨੀ ਪੰਜੇ, ਜਾਮਨੀ ਪੰਜੇ। ਹੁਣ ਜਾਮਨੀ ਪੰਜੇ ਜਿਹੜੇ ਨਾ ਉਹ ਮੇਰੀ ਆਪਣੀ ਸਮਝ ਅਕਲ ਦੇ ਮੁਤਾਬਕ ਉਹ ਹੈ, ਜਾਮਨੀ ਪੰਜੇ ਉਹਨਾਂ ਦੇ ਹੋ ਜਾਂਦੇ ਜਿਹੜੇ ਕਬੂਤਰਾਂ ਦੀ ਉਮਰ ਜ਼ਿਆਦਾ ਹੋ ਜਾਂਦੀ, ਸਹੀ, ਉਹਨਾਂ ਦੇ ਲੱਤਾਂ ਦੇ ਰੰਗ ਜਿਹੜੇ ਨਾ ਉਹ ਚੇਂਜ ਹੋਣੇ ਸ਼ੁਰੂ ਹੋ ਜਾਂਦੇ। ਸਹੀ, ਠੀਕ। ਭਰਾ ਸਾਡੇ ਬੜੇ ਨਾਲ ਨਾਲ ਹੈਗੇ ਨੇ, ਇਹਨਾਂ ਦਾ ਤਾਰਫ ਤੇ ਕਰਵਾਓ ਜ਼ਰਾ। ਇਹ ਜੀ ਮੇਰੇ ਸ਼ਾਗਿਰਦ ਹੈ, ਅੱਗੋਂ ਦਾ ਸ਼ਾਗਿਰਦ ਹੈਗਾ ਜੀ। ਅੱਛਾ, ਤੁਹਾਡਾ ਪੋਤਰਾ ਸ਼ਾਗਿਰਦ? ਪੋਤਰਾ ਸ਼ਾਗਿਰਦ ਕਹਿ ਲਓ। ਕਿਆ ਬਾਤ, ਇਹ ਹੁਣ ਕਹਿ ਸਕਦੇ ਕਿ ਇਹ ਸਲਾਰਾ ਪ੍ਰੋਪਰ ਲਾਲ ਅੱਖਾਂ ਦਾ ਹੈ? ਇਹ ਪ੍ਰੋਪਰ ਸਲਾਰਾ ਲਾਲ ਅੱਖਾਂ ਦਾ, ਸੁਨਹਿਰੀ ਪੱਲੇ ਨਹੀਂ ਨੇ ਇਹਦੇ, ਕਾਲੇ ਪੱਲੇ ਨੇ। ਯਾਨੀ ਮੁਖਤਲਿਫ, ਅੱਲਾਹ ਦਾ ਸ਼ੁਕਰ ਹੈ
ਵੈਰਾਈਟੀ ਮੁਖਤਲਿਫ ਬਣਾਈ ਹੈ। ਕੋਈ ਇਹ ਵੈਨ ਕਿ ਇੱਕ ਕਾਲੇ ਪੱਲੇ ਵਾਲਾ ਵਹਾਤਾ ਜੀ ਬਸ ਹੁਣ ਸਾਡੇ ਕੋਲ ਹੋਰ ਕੋਈ ਨਹੀਂ ਹੈਗਾ, ਨਹੀਂ ਇਹ ਗੱਲ ਨਹੀਂ ਹੈ। ਤੁਸੀਂ ਆਪਣੀ ਵੀ ਇਹ ਰੈਂਡਮ ਮੁੰਡਿਆਂ ਨੇ ਫੜ ਫੁੜ ਕੇ ਤੇ ਇੱਥੇ ਪਾਤੇ ਨੇ, ਤੁਸੀਂ ਦੇਖੋ ਮਾਸ਼ਾਅੱਲਾ ਹਰ ਕੈਟਾਗਰੀ ਚ 100-150 ਕਬੂਤਰ ਤੁਹਾਨੂੰ ਮਿਲੇਗਾ। ਸਹੀ ਗੱਲ ਹੈ, ਵਾਹ ਬਦਨ ਉਸਤਾਦ ਜੀ, ਬਹੁਤ ਆਲਾ ਬਦਨ ਆ। ਹੁਣ ਇਹਨਾਂ ਦੇ ਤੁਸੀਂ ਜੋੜ ਚੈੱਕ ਕਰੋ, ਅਸੀਂ ਇਹ ਜੋੜ ਪਸੰਦ ਕਰਨੇ ਆ। ਕੀ ਬਾਤ ਆ ਉਸਤਾਦ ਜੀ, ਹਲਕਾਇਆ ਵਾਇਆ, ਹਲਕਾਇਆ ਵਾਇਆ ਹੋਣਾ ਚਾਹੀਦਾ, ਵਾਇਆ ਜ਼ਰੂਰ ਹੋਣਾ ਚਾਹੀਦਾ। ਦਿਲਾਵਰ ਖਾਨ ਸਾਹਿਬ ਵੀ ਕਹਿੰਦੇ ਸੀ ਬਿਲਕੁਲ ਤੰਗ ਨਹੀਂ ਹੋਣਾ ਚਾਹੀਦਾ, ਇਹਦੀ ਵਜ੍ਹਾ ਬਿਲਕੁਲ ਜਿਹੜਾ ਤੰਗ ਹੋਇਆ। ਬੇਸਿਕ ਦੇਖੋ ਜਿਹੜਾ ਮੈਂ ਮੇਰੇ ਤਜਰਬੇ ਚ ਬਾਤ ਆਈ ਹੈ ਨਾ, ਜਦੋਂ ਕਬੂਤਰ ਪਰਵਾਜ਼ ਵਿੱਚ ਪੈਂਦਾ ਨਾ, ਇਹਦਾ ਜਿਸਮ ਸ਼ਰਿੰਕ ਹੋ ਜਾਂਦਾ, ਮਸਕਲ, ਮੈਂ ਅੱਗੇ ਵੀ ਤੁਹਾਨੂੰ ਦੱਸਿਆ, ਔਰ ਜਦੋਂ ਸ਼ਰਿੰਕ ਹੋਏਗਾ ਤੇ ਜੋੜਾਂ ਦਾ ਗੈਪ ਵੀ ਥੋੜਾ ਜਿਹਾ ਘਟੇਗਾ, ਜੇ ਗੈਪ ਹੋਏਗਾ ਤੇ ਘਟੇਗਾ ਨਾ, ਜੇ ਗੈਪ ਹੈ ਹੀ ਨਹੀਂ ਤੇ ਜੋੜ ਡਿਸਟਰਬ ਹੋ ਜਾਣਗੇ, ਐਨ ਚੜ ਜਾਣਗੇ ਉੱਪਰ, ਜੋੜ ਨੇ ਇੱਕੋ ਜਿਹਾ ਨਹੀਂ ਰਹਿਣਾ। ਇਹ ਹੁਣ ਇਹ ਜਿਹੜੇ ਕਬੂਤਰ ਨੇ ਇਹਨਾਂ ਦੇ ਜੋੜ ਦੇਖੋ, ਇਹਨਾਂ ਨੇ ਜਦੋਂ ਬੱਚੇ ਕੱਢਣੇ ਨਾ, ਐਸੇ ਜੋੜ ਦੇ ਹੀ ਕੱਢਣੇ ਤੇ ਪਰਿਵਾਰ ਦੀ ਜਾ ਕੇ ਜੋੜ ਮਿਲ ਜਾਣੇ। ਕੀ ਬਾਤ ਆ ਸੱਚ, ਵਾਹ। ਇਹ ਲੋਕੀ ਉਡਾਉਂਦੇ ਨੇ, ਮੈਂ ਤਾਂ ਉਡਾਉਂਦਾ ਨਹੀਂ, ਜਦੋਂ ਮੈਂ ਉਡਾਉਣਾ ਸੀ ਉਦੋਂ ਕਨਸੈਪਟ ਨਹੀਂ ਸੀ, ਅੜੀ ਚੌੜੀ ਦੁੰਬ ਵੀ ਉੱਡਦੀ ਸੀ, ਅੱਡੇ ਖੁੱਲੇ ਜੋੜੇ ਜੋੜ ਵੀ ਉੱਡਦੇ ਸਨ, ਸਹੀ ਗੱਲ ਹੈ, ਤੇ ਸ਼ਾਮ ਸ਼ਾਮ ਤੱਕ ਉੱਡਦੇ ਸਨ, ਸਹੀ ਗੱਲ ਹੈ, ਕਈ ਪਰਵਾਦਾਂ ਦਿੰਦੇ ਸਨ, ਕਈ ਪਰਵਾਦ। ਇਹ ਕਿਹੜੇ ਨੇ ਨਾ ਚੋ? ਇਹ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਲਾਵਰ ਖਾਨ ਸਾਹਿਬ ਦੀ ਕਿਤਾਬ ਦਾ, ਤੇ ਮੈਂ ਕਿਹਾ ਸੀ ਕਿ ਜਿਹੜੇ ਉਹ ਨਹੀਂ ਪਾ ਸਕੇ ਉਹ ਅਸੀਂ ਅੱਗੋਂ ਕ੍ਰੋਸ ਸ਼ੁਰੂ ਕੀਤੇ ਨੇ। ਉਹ ਅੱਗੋਂ ਤੁਸੀਂ ਕ੍ਰੋਸ? ਯੈਸ, ਇਹ ਵੀ ਹੀਰਾ ਲਾਲਾਂ ਚੋਂ ਬਣੇ ਨੇ, ਤੇ ਇਹ ਕ੍ਰੋਸ ਜਿਹੜਾ ਅਸੀਂ ਬਣਾਇਆ, ਇਹ ਰੰਗ ਤੇ ਇਹ ਅੱਖ ਸਾਰੀ। ਇਹ ਕਿਹੜਾ ਕ੍ਰੋਸ ਦਿੱਤਾ ਹੀਰਾ ਲਾਲਾਂ ਚ? ਇਹ ਅਸੀਂ ਸਾਡੇ ਫਨੀਅਰ ਕਬੂਤਰ ਨੂੰ ਉਹਨਾਂ ਦਾ ਕ੍ਰੋਸ ਦਿੱਤਾ। ਫਨੀਅਰ? ਫਨੀਅਰ, ਫਨੀਅਰ, ਠੀਕ ਠੀਕ, ਜਲਦਾ ਕਬੂਤਰ ਨਾ। ਇਹ ਇਹਦੇ ਚ ਅਸੀਂ ਜਿਹੜਾ ਨਾ ਨੀਲਿਆਂ ਦਾ ਕ੍ਰੋਸ ਦਿੱਤਾ। ਅੱਛਾ, ਨੀਲਿਆਂ? ਫਨੀਅਰਾਂ ਦੀ ਦੂਸਰੀ ਬ੍ਰੀਡ ਹੈ ਇਹ, ਨੀਲਿਆਂ ਦਾ ਤੇ ਹੀਰਾ ਲਾਲਾਂ ਦਾ ਕ੍ਰੋਸ ਚ ਬਣਾਇਆ। ਇਹ ਬੜੇ ਯੂਨੀਕ ਹੈ, ਜਾਲਦਾਰ ਬਣ ਗਏ ਨੇ। ਉਹ ਦੇਖੋ ਨਾ, ਨੀਲੇ ਵੀ ਅਲਹਮਦੁਲਿਲਾ ਸਾਡੇ ਘਰ ਦੀ ਬਰੀਡ ਹੈ, ਇਹ ਲਾਲ ਅੱਖਾਂ 'ਚ ਵੀ ਨੇ, ਸਫੇਦ ਅੱਖਾਂ 'ਚ ਵੀ ਨੇ ਨੀਲੇ, ਨੀਲੇ ਇਹ ਡੱਬ ਵਾਲੇ ਵੀ ਕੱਢਦੇ ਨੇ। ਸਹੀ, ਇਹਨਾਂ ਦੀ ਲਾਲੀ ਬਹੁਤ ਫੈਲੀ ਹੋਈ ਹੈ, ਚਟਿਆਈ ਬਹੁਤ ਘੱਟ ਹੈਗੀ। ਚਟਿਆਈ ਫੈਲੀ ਨਹੀਂ ਤੁਸੀਂ ਕਹਿ ਸਕਦੇ, ਅੱਖ ਲਾਲ ਹੈ, ਫੈਲੀ ਜਿਹੜੀ ਹੋਵੇ ਨਾ ਉਹ ਲਾਲੀ ਬੜੀ ਅਜੀਬ ਜਿਹੀ ਤੁਹਾਨੂੰ ਦਿਸੇਗੀ, ਪਤਾ ਲੱਗਦਾ ਕਿ ਪਸੰਦ ਵੀ ਨਹੀਂ ਆਉਂਦੀ, ਅਨਾੜੀ ਬੰਦੇ ਨੇ ਵੀ ਨਹੀਂ ਉਹ ਲਾਲੀ ਪਸੰਦ ਨਹੀਂ ਆਏਗੀ। ਇਹ ਕੰਪੈਕਟ ਹੈ, ਇੱਕ ਲਾਲੀ ਜਿਹੜੀ ਹੈ ਨਾ, ਕਹਿ ਲਾ ਜਿਸ ਤਰ੍ਹਾਂ ਜੁੜੀ ਹੋਈ ਹੈ, ਫੈਲੀ ਦੇ ਲਫ਼ਜ਼ ਤੋਂ ਮੈਂ ਕਹਿ ਰਿਹਾ ਕਿ ਜੁੜੀ ਹੈ, ਉਹ ਲਾਲੀ ਨਹੀਂ ਤੈਅ ਬਣੀ। ਇਹ ਸੱਖ ਦਾ ਕਬੂਤਰ ਪ੍ਰਵਾਸ ਕਰਦਾ, ਤੈਅ ਬਣੀ ਹੋਈ ਇੱਕ ਪ੍ਰੋਪਰ। ਕੀ ਬਾਤ, ਹੁਣ ਮੈਂ ਤੁਹਾਨੂੰ ਇੱਕ ਦਹਾਨਾ, ਇਹਦੇ ਨਾਲ ਗਹਿਰੀ ਅੱਖ ਹੋਏਗੀ, ਜਿਹੜੀਆਂ 7-7 ਵਜੇ ਤੱਕ ਪਰਵਾਜ਼ਾਂ ਜੇਠ ਵਿੱਚ, ਪਿਛਲੇ ਜੇਠ ਵਿੱਚ ਦਿੱਤੀਆਂ। ਇਹਦੇ 'ਚ ਉਹ ਜ਼ੀਰੀ ਮਾਦੀ ਫੜੋ ਇੱਕ, ਇਹਦੇ 'ਚ ਬੋਡੀ ਬਿਲਡਰ ਹੀ ਆ ਗਿਆ। ਹੁਣ ਤੁਸੀਂ ਇਹਦਾ ਸਾਈਜ਼ ਦੇਖੋ,
क्या बात है माशा, पल्ले साइजिस रंग रूप अखा बहुत एक्यूरेट है। आंदा पैर पल्ला चेक करो, क्या बात, पल्ला ही नहीं मार आंदा। नौवां दसवां अठवां पर ए चीजा भी मैटर कर दी सर जी। देखो बारले पर जड़े ना चार पांच ये सारे ही मैटर कर देन। लेकिन जो असी कबूतरबाजी च आए सा ना उदो सानू ये दसया गया सी कि नौवां ते दसवां जड़ा ना ये इक्को जे होने चाहिए घट तो घट। बाकी नाल अठवां रल जाए तो वैल एंड गुड, सोने ते सुहागा है, बराबर हो जाए तो होर बेहतर है। पर किन्ना क फर्क है, एक एक सूत्र का फर्क होएगा तो किन्ना क फर्क हो जाएगा। हाँ हाँ, मैं एक बस कह लो तुसी टेवेबाजी है जी, टेवेबाजी टेवेबाजी। बाहर दे कबूतर जिहड़े चार पर ना इन्हां दे उत्तों तुसी अठवें दे बराबर कर दिओ इन्हां दी चाल च ही फर्क आ जाएगा। हाँ, परवाज च क्यों आएगा, की है हुण 2 इंच का साइज है तुसी कट दिता है तो फर्क पै गया ना, पै गया। इन्हां बाहरलियां परां दा ए ही फंक्शन हुण ए, मैं माधी तां दिखा रहा इहदी अख देखो ਇਹ ਕਲੀਆਂ ਦੇ ਵਿੱਚ 7-7 ਵਜੇ ਤੱਕ ਬੱਚਾ ਉੱਡਿਆ ਹੈ, ਕੋਈ ਇੱਕ ਪ੍ਰਵਾਦ ਨਹੀਂ ਦਿੱਤੀ, ਬੇਸ਼ੁਮਾਰ ਦਿੱਤੀਆਂ। ਵਾਹ, ਇਹ ਜਿਹੜੀ ਅਸੀਂ ਮਾਲਟਨ ਛੱਤ ਤਿਆਰ ਕੀਤੀ ਹੈ ਇਹ ਉੱਥੇ ਨੇ ਪ੍ਰਵਾਦ ਦਿੱਤੀ। ਤੇ ਇਹ ਦੇਖ ਲਓ ਇਹ ਜ਼ੀਰੀ ਜੇ ਜ਼ੀਰੀ ਆਹੋ ਇਹ ਬਹਾਦ ਤੇ ਨੰਗੇ ਇੱਧਰ ਤਾਂ ਹੋਣਾ ਮੇਰੇ ਹੱਲ ਲੋਈ ਐ ਸਮਾਧੀ ਨੇ ਲੱਤ ਦਾਤ ਪ੍ਰਵਾਦਾ 7 ਪਾਰ ਦੀ ਦਿੱਤੀਆਂ ਔਰ ਅਜ਼ੀਰੀ ਟਾਈਮ ਹੀ ਉਹਦਾ ਹੈ ਬਾ 6:30 7:30 7 ਘੱਟ ਅਗਰ ਦਿੱਤੀ ਹੈ ਤੇ 10-15 ਮਿੰਟ ਘੱਟ ਦਿੱਤੀ ਹੈ ਆਫ ਮੋਟੇ ਦਾਣੇ ਤੇ ਮੋਟੇ ਦਾ ਖੁਰਾਕ ਤੋਂ ਬਗੈਰ ਸਾਦੀ ਲੋਕ ਕਹਿੰਦੇ ਜ਼ੀਰੇ ਐ ਮੈਂ ਜ਼ੀਰੀ ਵਹਾ ਰਿਹਾ ਤੁਹਾਨੂੰ ਕਿਆ ਬਾਤ ਆਹ ਲੋਕ ਬੜੀ ਕਰਤ ਦੀ ਨਗਾਨਾ ਵੇਚਦੇ ਨੇ ਜ਼ੀਰਿਆਂ ਨੂੰ ਕੱਢੋ ਬਾਹਰ ਜੀ ਜ਼ੀਰਾ ਨਿਕਲ ਆਇਆ ਵਾਹ ਹੁਣ ਸਾਜ ਕਿਹੜੀ ਪਲੇਟ ਆ ਇਹ ਜਿਹੜੇ ਤੁਹਾਨੂੰ ਅੱਗੇ ਲਾਲ ਅੱਖ ਵਾਲੇ ਦਾ ਹੈ ਨਾ ਸ਼ਾਈਨ ਉਸ ਕਲਰ ਦੇ ਵਿੱਚ ਅਸੀਂ ਸਫੇਦ ਅੱਖ ਚ ਵੀ ਬਣਾਏ ਨੇ ਲਾਲ ਅੱਖ ਚ ਜਿਹੜੇ ਜਾਲਦਾਰ ਬਣਾਏ ਸੀ ਨੀਲੇ ਤੇ ਹੀਰਾ ਲਾਲ ਹਾਂ ਪਾ ਕੇ ਇਹ ਵੀ ਤੇ ਨੀਲੇ ਤੇ ਹੀਰਾ ਲਾਲ ਅੱਛਾ ਨੀਲੇ ਤੇ ਹੀਰਾ ਲਾਲ ਹੀਰਾ ਲਾਲ ਜਿਹੜੇ ਸਾਡੇ ਕੋਲ ਨਾ ਸੌਰੀ ਆਪਣਾ ਨੀਲੇ ਤੇ ਤੋਸੀ ਹਾਂ ਇਹ ਨੀਲੇ ਤੇ ਤੋਸੀ ਨੇ ਨੀਲੇ ਵੀ ਸਾਡੇ ਕੋਲ ਸਫੇਦ ਅੱਖਾਂ ਦੇ ਹੈਗੇ ਨੇ ਤੇ ਤੋਸੀ ਵੀ ਇਹ ਗਹਿਰੀ ਹੋ ਜਾਏਗੀ ਸਾਰੇ ਕਾਲਾ ਹੋ ਜਾਏਗਾ ਪੱਠਾ ਆਲੀ ਪੱਠਾ ਬੱਚਾ ਇਹਨਾਂ ਨੂੰ ਕੀ ਨਾਂ ਦਿੱਤਾ ਸਰ ਜੀ ਸ਼ਾਹੀਨ ਸ਼ਾਹੀਨ ਲੋਈ ਹੈ ਵਾਈਟ ਅੱਖਾਂ ਜਿਹਨੇ ਉਹ ਬਰੀਡ ਜਿਹੜੀ ਦਿਲਾਵਰ ਖਾਨ ਸਾਹਿਬ ਨੇ ਨਹੀਂ ਬਣਾਈ ਹੈ ਤੁਸੀਂ ਅਸੀਂ ਬਣਾਈ ਔਰ ਉਹਨਾਂ ਦੀ ਬੁੱਕ ਤੋਂ ਵੇਖ ਕੇ ਬਣਾਈ ਕਿ ਇਹ ਕ੍ਰੋਸ ਜਿਹੜੇ ਨਾ ਉਹਨਾਂ ਦੇ ਕਬੂਤਰਾਂ 'ਚ ਬਣੇ ਉਹਨਾਂ ਦੇ ਕਬੂਤਰ ਅੱਛਾ ਇਹਨਾਂ ਦੇ ਸਾਈਜ਼ ਵੀ ਥੋੜ੍ਹੇ ਕੰਪੈਕਟ ਹੈਗੇ ਨੇ ਉਹਨਾਂ ਨੂੰ ਆਹ ਦੇਖੋ ਨਾ ਹੁਣ ਉਹ ਜਿਹੜੇ ਜੈਨੂਨ ਸਾਈਜ਼ ਆ ਰਹੇ ਨੇ ਪਿੱਛੋਂ ਉਹਨਾਂ ਜਦੋਂ ਤੀਸਰਾ ਕ੍ਰੋਸ ਪਾ ਦਿਓਗੇ ਸਾਈਜ਼ ਕੰਪੈਕਟ ਹੋ ਜਾਏਗਾ ਖਰਾਬ ਨਹੀਂ ਹੋਏਗਾ ਇੰਨੀ ਕੁ ਗੁੰਜਾਇਸ਼ ਤੇ ਰੱਖੀ ਹੈ ਨਾ ਕਿ ਇੱਕ ਬਰੀਡ ਤੁਸੀਂ ਤਿਆਰ ਕਰਦੇ ਹੋ ਉਹਨੂੰ ਕੋਈ 10-15-20 ਸਾਲ ਤੱਕ ਲਿਜਾਣਾ ਜਾਂ ਕਿ ਨਹੀਂ ਸਹੀ ਗੱਲ ਤੇ ਕਿਸ ਤਰ੍ਹਾਂ ਲਿਜਾਓਗੇ ਕਿਆ ਬਾਤ ਜਿਹਨਾਂ ਦੇ ਸਾਈਜ਼ ਪੁਆਇੰਟਾਂ ਦਾ ਜਾਂ ਸਾਈਜ਼ ਦਾ ਖਿਆਲ ਨਹੀਂ ਰੱਖੋਗੇ ਹਾਂ ਬਰੀਡ ਨੇ ਅੱਗੇ ਜਾਣਾ ਹੁੰਦਾ ਤੁਸੀਂ ਕਹਿੰਦੇ ਹੋ ਇਨ ਬਰੀਡ ਵੀ ਨਾ ਹੋਵੇ ਲਾਈਨ ਬਰੀਡ ਦਾ ਵੀ ਖਿਆਲ ਰੱਖਣਾ ਪੈਂਦਾ ਕ੍ਰੋਸ ਬਰੀਡ ਦਾ ਵੀ ਖਿਆਲ ਰੱਖਣਾ ਪੈਂਦਾ ਤਦ ਹੀ ਫਿਰ ਇਹ ਸਾਈਜ਼ ਮੇਨਟੇਨ ਹੁੰਦੇ ਨਾ ਐਸੇ ਤਰ੍ਹਾਂ ਹੀ
बटाले वाले जो इलाके सन या गलवे सन वह भी इस टाइम असल हालत च दहाने पहले उन्होंने क्रॉस च जो असी बनाया ना पहले बहाने अजकल मेरे वर्गा कोई नौजवान वेखेगा तो ही कहेगा डैडी ने नहीं सर जी मैं तो दस रहा ना ए तौसी ते नीलियां दा पार है जो सफेद अख बनाई मेरी एक आदत है कि मैं जी सफेद लाल अख च बना ना क्रॉस मेरी कोशिश होंगी है कि मैं अख भी चेंज करा अख भी चेंज करा दिलावर खान साहब ने सानू सबक दिता होया है कि कबूतर नू परवाद च पाओ ओदी रंगत ना खराब हो अपना रंग ना छड़े रंग ना छड़े अगर ब्रीडर खूबसूरत है ना तो उड़न वाला भी जो बचा वह भी खूबसूरत हो बेरंगा करके कबूतर नहीं उड़ाना बेरंगा करके नहीं उड़ाना ऐ केड़े ने ए जड़े ना बटाले वाले ते पनीर पनीर ओना चो बनाए चुके दे पनीर काले कबूतर ने काले कबूतर ने जालदा वो भी तां दहाने ए जड़े ओ ज्यादा ए ना भाई कोल ना उधर छड़े होए 100 150 जोड़ा उधर है ए लाल एदा रंग करन इनू दित्ता असी अच्छा ए भी दिलावर खान साहब दी ख्वाहिश सी अच्छा कि बटाले वाले नू फनीयर क्रॉस दिते जान लोकां ने वह फनीयर ते तौसियां दे क्रॉस दे के बड़े बड़े नाँ रखे मैं किसी का जिक्र नहीं करता असी जो बनाया इहदा नाँ दिता लाल फनीयर इहनू दित्ता सी लाल फनीयर क्योंकि फनीयर चों है लाल फनीयर ठीक हो गया अच्छा शिकरे कबूतर भी इन्हां नाल मिलदे जुलदे ने शिकरे कबूतर ऐस कबूतर ना बचपन दे मिलदा रंग मिलदा बचपन दे विच एवें देखण दी आदत कि देखे ना साडे कोल शिकरे है नहीं सन लेकिन इन्हां नाल उन्हां दी रंगत मिलदी रंगत मिलदी लो ये लाल पनीर ब्रीड हैगी उस साथ गोगी खान साहब दी क्या बात है ਉਹਦੇ ਫਨੀਰ ਨੇ ਉਹ ਵਾਈਟ ਅੱਖਾਂ 'ਚ ਨੇ ਉਹ ਵਾਈਟ ਅੱਖਾਂ 'ਚ ਉਹ ਦੋ ਅੱਖਾਂ 'ਚ ਨਾ ਇੱਕ ਗਹਿਰੀ ਅੱਖ 'ਚ ਨਾ ਆਪ ਵੀ ਉਹਨਾਂ ਦਾ ਰੰਗ ਗਹਿਰਾ ਔਰ ਜਿਹੜੇ ਹਲਕੇ ਜਾਲਦਾਰ ਨੇ ਉਹ ਸਫੇਦ ਅੱਖਾਂ 'ਚ हूँ इन्हों पर तू दस रहे हैं कि जी ये नोकदार गोल कुंदे के क्रॉस च बने हाँ एक यूनिक चीज तो बनाई मुनफरिद चीज कराची च भी इस तरह के कुछ कबूतर हैं ऐसे रंगत ਹੈ ਜੀ ਕਰਾਚੀ ਚ ਵੀ ਇਸ ਰੰਗਤ ਦੇ ਕੁਝ ਕਬੂਤਰ ਹੈ ਕਰਾਚੀ ਦੇ ਜਿਹੜੇ ਸ਼ੌਕੀਨ ਨਾ ਜੀ ਉਹਨਾਂ ਨੂੰ ਜ਼ਿਆਦਾ ਜੈਨੂਇਨ ਓਰੀਜਨਲ ਬਰੀਡਾਂ ਦੇ ਜ਼ਿਆਦਾ ਸ਼ੌਕੀਨ ਨਾ ਉਹ ਬਾਹਰੋਂ ਵੀ ਆਈਆਂ ਉਹਨਾਂ ਕੋਲੋਂ ਬਰੀਡਾਂ ਇੰਡੀਆ ਚੋਂ ਇੱਧਰ ਉੱਧਰੋਂ ਉਹ ਜ਼ਿਆਦਾ ਸ਼ੌਕੀਨ ਜਿਹੜੇ ਨਾ ਓਰੀਜਨਲ ਬਰੀਡਾਂ ਦੇ ਨੇ ਇਹਦੇ ਪਰਵਾਜ਼ਾਂ ਚ ਗਏ ਨਾ ਪੰਜਾਬ ਵੱਲੋਂ ਵੇਖ ਕੇ ਗਏ ਨੇ ਤੇ ਕਲਚਰ ਇੱਥੇ ਸੀ ਪ੍ਰਵਾਸ ਦਾ ਕਰਾਚੀ 'ਚ ਜਿਹੜਾ ਮਾਹੌਲ ਸੀ ਉਹਨਾਂ ਦਾ ਉਹ ਜੋੜਿਆਂ ਦਾ ਤੇ ਬਰੀਡਾਂ ਦਾ ਨਾ ਇਹ ਵੀ ਗਹਿਰਾ ਹੋ ਜਾਏਗਾ ਹਾਲੇ ਇੰਨੀ ਏਜ ਨਹੀਂ ਹੈਗੀ ਇਹ ਨੇ ਬਟਾਲੇ ਵਾਲੇ ਨਹੀਂ ਇਹ ਵੀ ਨਹੀਂ ਨੇ बटाले वालिया दे क्रॉस च बने ये बटाले वाले ते हीरा लाल बटाले वाले ते हीरा लाल दे क्रॉस दुमा कालियां भी कर गए ने विच स्लेटी भी कर गए ने कैसा क्या
क्या बात है साइज देखा है यार कबूतर बड़ा चंगा है नहीं हो लो ये बटाले वाले ते हीरा लाल पै के है बने ये बटाले वाले चो असी शेरदिल ब्रीड भी बनाई है ओ एदे च नहीं असी ओ भी कहंदे ओदे तां दहा देने आ ले आई जाओ ना बस दस्ती दस्ती ओ पिछले खुडे च ना कलपेटे गए ना कलसिरन हल्का जिहा लाखा शेड आ उहना च ਉਧਰ ਜੋੜਿਆਂ ਚ ਭਾਈ ਤੁਹਾਨੂੰ ਇੱਕ ਮੁਨਫਰੀ ਸ਼ੌਕ ਮਿਲਦਾ ਪਿਆ ਅੱਜ ਕਿਉਂਕਿ ਕਿਤੇ ਨਹੀਂ ਤੁਹਾਨੂੰ ਨਜ਼ਰ ਆਇਆ ਹੋਣਾ ਇਹੋ ਜਿਹਾ ਸ਼ੌਕ ਕਿਉਂਕਿ ਕਿਸੇ ਕੋ ਇਸ ਤਰ੍ਹਾਂ ਦੀ ਇਹਦੀ ਅੱਖ ਦੱਸ ਰਹੀ ਹੈ ਕਿ ਹੀਰਾ ਲਾਲ ਹੀਰਾ ਲਾਲ ਹੈ ਸਹੀ ਗੱਲ ਹੈ ਇਹ ਵਿੱਚ ਆਪਣੀ ਟੇਲ ਦੇ ਗਿਆ ਹੀਰਾ ਲਾਲ ਹੈ ਹਾਂਜੀ ਹੁਣ ਇਸ ਅੱਖ ਵਿੱਚ ਸੰਧੂਰੀ ਪਲਕ ਕਰ ਗਿਆ ਉਹ ਅੱਖ ਸਾਦੀ ਕਰ ਗਿਆ ਉਹਦਾ ਕਲਰ ਵੀ ਜ਼ਰਾ ਗਾੜਾ ਹੈ ਗਹਿਰਾ ਉਹਦਾ ਕਲਰ ਵੀ ਗਹਿਰਾ ਸਹੀ ਗੱਲ ਉਹ ਸਲਾਰਾ ਸ਼ੇਪ ਵਿੱਚ ਆ ਗਈ ਸਲਾਰੀ ਸ਼ੇਪ ਵਿੱਚ ਹਾਂ ਕਿਉਂਕਿ ਹੀਰਾ ਲਾਲ ਦੀ ਬੈਗ ਜਿਹੜੀ ਹੈ ਬਟਾਲੇ ਵਾਲੇ ਦੋ ਬਰੀਡਾਂ ਦੇ ਠੀਕ ਹੈ ਜੀ ਇਹ ਹੁਣ ਤਿੰਨੇ ਮੁਖਤਲਿਫ ਨੇ ਵੇਖ ਲਓ ਇਹ ਭਰਾ ਲੱਗਦੇ ਨੀ ਕਿਸੇ ਪਾਸਿਓ ਸਹੀ ਗੱਲ ਅੱਖਾਂ ਮੁਖਤਲਿਫ ਕਲਰ ਮੁਖਤਲਿਫ ਪਰ ਮਿਲਦਾ ਜੁਲਦਾ ਹੋਏਗਾ ਪਰ ਮਿਲਦਾ ਜੁਲਦਾ ਕਿਉਂਕਿ ਪਰ ਇੱਕੋ ਹੀ ਹੈ ਸਾਡਾ ਤਮਾਮ ਬਰੀਡਾਂ ਦਾ ਨਾ ਪਲਕ ਵੀ ਉਹ ਹੀਰਾ ਲਾਲ ਅਲੀ ਦੋ ਇਹਦੇ ਚ ਨਾ ਸਲੇਟੀ ਹੈਗੇ ਨਾ ਉਹ ਵੀ ਫੜਾ ਦਿਓ ਫਿਰ ਉਹ ਜਿਹੜੇ ਇਹਨਾਂ ਚੋਂ ਹੀਰਾ ਲਾਲਾ ਚ ਨਿਕਲੇ ਨੇ ਹੈ ਜੀ ਸਲੇਟੀ ਇਹਨਾਂ ਚੋਂ ਨਿਕਲਦੇ ਨੇ ਸਲੇਟੀ ਹੀਰਾ ਲਾਲਾਂ ਚੋਂ ਨਿਕਲਦੇ ਨੇ ਲੇਕਿਨ ਇਹ ਜਿਹੜੇ ਸਲੇਟੀ ਬਣਾਏ ਨੇ ਇਹ ਤਾਂ ਦਹਾਨੇ ਆ ਇਹ ਨੀਲਿਆਂ ਚੋਂ ਨਿਕਲਿਆ ਸਲੇਟੀ ਨੀਲਿਆਂ ਚ ਕ੍ਰੋਸ ਪਾ ਕੇ ਨੀਲਿਆਂ ਚ ਕ੍ਰੋਸ ਦਿੱਤਾ ਹੀਰਾ ਲਾਲਾਂ ਨੂੰ ਤਾਂ ਫਿਰ ਸਲੇਟੀ ਨਿਕਲੇ ਨੇ ਅੱਛਾ ਇਹ ਦੇਖੋ ਤੁਸੀਂ ਨੀਲੇ ਦੇ ਵਿੱਚ ਨੀਲੇ ਦੀ ਸਫੇਦ ਅੱਖ ਦੇ ਵਿੱਚ ਨੀਲੀ ਸਫੇਦ ਅੱਖ ਵਾਲੀ ਪਾਈ ਹੈ ਜਿਹੜੀ ਕਿ ਆਪਣੇ ਬਰੀਡ ਨਹੀਂ ਸੀ ਉਹਨੇ ਇਹ ਸਲੇਟੀ ਰੰਗ ਵਿੱਚ ਕੱਢ ਦਿੱਤਾ ਇੱਕ ਟੋਟੇ ਵੀ ਹੈਗੇ ਸੀ ਉਹਦੇ ਨਾਲ ਸਾਰੇ ਟੋਟੇ ਸਨ ਕਿਆ ਬਾਤ ਅੱਛਾ ਪਿਓਰ ਸਫੇਦ ਅੱਖਾਂ ਨਹੀਂ ਨੇ ਬਿਲਕੁਲ ਪਾਲਨੇ ਪਿਓਰ ਤੇ ਹੁਣ ਬਿਲਕੁਲ ਜਿਹੜੀਆਂ ਸਫੇਦ ਸਫੇਦ ਕਲਰ ਦੇਖੋ ਨਾ ਹੁਣ ਤੁਸੀਂ ਇਹਨਾਂ ਦਾ ਨੀਲਿਆਂ ਦੇ ਵਿੱਚ ਸਫੇਦ ਅਗਰ ਅੱਖ ਹੈ ਵੈ ਇਹ ਬੜੀ ਗੱਲ ਹੈ ਬੜੀ ਗੱਲ ਹੈ ਈਵਨ ਸਲੇਟੀਆਂ ਦੇ ਵਿੱਚ ਵੀ ਇਹ ਉਹ ਯੂਨੀਕ ਚੀਜ਼ਾਂ ਜਿਹੜੇ ਹਰ ਘਰ 'ਚ ਨਹੀਂ ਮਿਲਦੀਆਂ ਇਹ ਵੀ ਇਹਦਾ ਕਜ਼ਨ ਜੇ ਲੇਕਿਨ ਅੱਖ ਲਾਲ ਕਰ ਗਿਆ ਇਹ ਵੀ ਲਿਆ ਇਹ ਦਾ ਕਿਹੜਾ ਆ ਇੱਕ ਹੋਰ ਹੈਗਾ ਇਹਦੇ ਨਾਲ ਦੇ
कबूतर हाथ चावे ते अपना बांदे ही दसे के ना देखन दी अड़ी कड़ी एड़ा एड़ा इशू है नीट कबूतर है बहुत ही मजेदार कबूतर है बहुत मजेदार एंड कबूतर है खास बोलना नहीं उससे तो ही भरा है आ भरा नहीं है बीड ओही है शेर दिल दो तीन जोड़े तुसी बना दे हो ना शेर दे ते वो अपना अपना कर दें ब्रीड एक ही है ब्रीड एक ही क्या दे होगा लाइन ब्रीड चो बने हैं हाँ लाइन ब्रीड चो बने क्या बात जो मैं कबूतरबाजी च आया सा ना ਉਦੋਂ ਸਲਾਰਾ ਪਤਾ ਕਿਹਨੂੰ ਕਹਿੰਦੇ ਸਨ ਹੁਣ ਤੇ ਪੂਰੇ ਕਾਲੇ ਪੱਲਿਆਂ ਨੂੰ ਸਲਾਰੇ ਕਹਿੰਦੇ ਨਾ ਹਾਂ ਉਦੋਂ ਸਲਾਰੇ ਕਹਿੰਦੇ ਸੀ ਹੁਣ ਮੇਰੇ ਕੋਲ ਲੱਭਣੇ ਪੈਣੇ ਇਹ ਬਾਹਰ ਦੇ ਪੰਜ ਪੰਜ ਕਾਲੇ ਹੁੰਦੇ ਸਨ ਅੱਛਾ ਚਾਰ ਜਾਂ ਪੰਜ ਦੋਵਾਂ ਪਾਸਿਓਂ ਦੋਵਾਂ ਪਾਸਿਓਂ ਉਹਨੂੰ ਸਲਾਰਾ ਕਿਹਾ ਜਾਂਦਾ ਸੀ ਅਗਰ ਕੋਈ ਮੇਰੀ ਗੱਲ ਕੋਈ ਪੁਰਾਣਾ ਉਸਤਾਦ ਸੁਣਦਾ ਹੋਵੇਗਾ ਤੇ ਉਹ ਇਹਦੇ ਨਾਲ ਐਗਰੀ ਕਰੇਗਾ ਹੁਣ ਅਸੀਂ ਪੂਰੇ ਕਾਲੇ ਪੱਲੇ ਵਾਲਿਆਂ ਨੂੰ ਸਲਾਰੇ ਕਹਿੰਦੇ ਹਾਂ ਸਹੀ ਗੱਲ ਆ ਪਾਣੀ ਦੇਈਏ ਇਹ ਹੁੰਦਾ ਭਰਾ ਲੱਗ ਰਿਹਾ ਇਹ ਉਹਦਾ ਭਰਾ ਜਿਹੜਾ ਤੁਸੀਂ ਪਹਿਲਾਂ ਦੇਖਿਆ ਹੈਨਾ ਇਹ ਪਰਫੈਕਟ ਹੁੰਦਾ ਭਰਾ ਹੈਗਾ ਕਿਉਂਕਿ ਇਹਨਾਂ ਦੇ ਬਦਨ ਬਹੁਤ ਮਿਲਦੇ ਨੇ ਅੱਖਾਂ ਦੇਖ ਲਓ ਇਹਨਾਂ ਦੀਆਂ ਅੱਖਾਂ ਜਿਵੇਂ ਚਿੱਟੀਆਂ ਟੈੜੀਆਂ ਦੁੱਧੀ ਅੱਖਾਂ ਨੂਰ ਵੇਖੋ ਕੈਸੇ ਹੈਗੇ ਕੋਈ ਸਿੰਗਲ ਕਬੂਤਰ ਨਹੀਂ ਆਇਆ ਜਿੰਦਾ ਨੂਰ ਖਰਾਬ ਹੋਏ ਇੱਕ ਵੀ ਸਿੰਗਲ ਕਬੂਤਰ ਨਹੀਂ ਆਇਆ ਜਿੰਦਾ ਨੂਰ ਫੈਲਿਆ ਹੋਏ ਖਰਾਬ ਹੋਏ ਨਸਲੀ ਨਸਲੀ ਦੀ ਵੱਡੀ ਸ਼ਨਾਖਤ ਹੈ ਅੱਛਾ ਇਹ ਹਨੇਰੇ ਦੇ ਵਿੱਚ ਵੀ ਤੁਸੀਂ ਰਾਤ ਨੂੰ ਵੀ ਦੇਖੋਗੇ ਨਾ ਤੇ ਨੂਰ ਨਹੀਂ ਫੈਲਣਗੇ ਅੱਛਾ ਹਨੇਰੇ ਦੇ ਵਿੱਚ ਵੀ ਨਹੀਂ ਫੈਲਣਗੇ ਹਾਲਾਂ ਅਕਸਰ ਕਬੂਤਰ ਲੂਸ ਕਰ ਜਾਂਦੇ ਨੂਰ ਨੂੰ ਹਨੇਰੇ 'ਚ ਅਸੀਂ ਆਪ ਟਰਾਈ ਕਰਕੇ ਦੇਖਿਆ ਹੈ ਹਾਂਜੀ ਉਸਤਾਦ ਮੋਹਤਰਮ ਕਿਹੜੇ ਕਬੂਤਰ ਲਿਆਇਓ ਇਹ ਸਾਡੇ ਤੌਸੀ ਜਿਹੜੇ ਸਨ ਨਾ ਦੋ ਕਿਸਮ ਦੇ ਸਨ ਇੱਕ ਤੌਸੀ ਉਹ ਸੀ ਜਿਹਦੇ 'ਚੋਂ ਇਨਸਾਨ ਬਣੇ ਸਨ ਅੱਛਾ ਇਨਸਾਨ ਵੀ ਸਾਡੇ ਘਰ ਦੀ ਬਰੀਡ ਹੈ ਠੀਕ ਹੈ ਅੱਛਾ ਅਤੇ ਇੱਕ ਤੌਸੀ ਸਨ ਅੱਛਾ ਜਿਹੜੇ ਇਨਸਾਨ ਬਣੇ ਸਨ ਨਾ ਉਹ ਜੌਂ ਸਿਰੇ ਸਨ ਖਾਲ ਕੱਢਦੇ ਸਨ ਬੱਲੇ ਵੀ ਸਨ ਅਤੇ ਦੂਸਰੇ ਜਿਹੜੇ ਸਨ ਨਾ ਉਹ ਕਲਸਰੇ ਕਲਦੁੱਬੇ ਸਨ ਉਹ ਬੱਲੇ ਨਹੀਂ ਸਨ ਅਸੀਂ ਉਹ ਦੋਵਾਂ ਤੌਸੀਆਂ ਨੂੰ ਕ੍ਰੋਸ ਕਰਕੇ ਨਾ ਅਤੇ ਇਹ ਬਣਾਇਆ ਕਾਂਟੇ ਵਾਲੇ ਤੁਲਸੀ ਉਸਤਾਦ ਜੀ ਹੁਣ ਪਿਓਰ ਮੰਗਵਾਓ ਬੜੀ ਡਿਮਾਂਡ ਆ ਰਹੀ ਮੇਰੇ ਜ਼ਿਹਨ 'ਚ ਇਹ ਇੱਕ ਦੋ ਕਲਪੇਟੇ ਦਿਖਾ ਦਿਓ ਇਹਦੇ 'ਚ ਖਾਸਾ ਬਣੇ ਤੁਸੀਂ ਕਲਸੀ ਦੇ
लो जी चेक करो ए पल्ले ने ना तो क्या बात है। जोड़ देखो ना किड़े मुनासिब ना खुला जोड़ नहीं कह सकते नहीं बिल्कुल भी नहीं कह सकते बल्कि इन्होंने घर है तो एक जिन्होंने खुले जोड़ा ले घुमा निकल पेटिए ये भी निकल दे चिट्टी अख आले जिहड़े कबूतर था ना जों सिरे बतख पैरे सन ओ पा के ते खान साहब ने कलपेटिया बतख पैरे पाए एक तो ही बड़े हाली काफी रह जाते तौसियां चो बने लेकिन चूके तौसी बांकियां चो इस वास्ते ए अपना बांकियां वाला जड़ा ना चेरा मोरा ओ नहीं छड़िया ओ नहीं इन्होंने छड़िया चिट्टे कबूतर भी मंगवाओ साथ जी जड़े चिट्टे है एक अंदो एक एनुकोस उधर छोटा पिंजरा पे है उधर जो भी चिट्टा ही कर लो और जमीन पे है जड़ा जमीन पे चिट्टा पिंजरा नहीं पे है छोटा आगे कल्ला उधर चिट्टा पे होना है हां लोई पार चेक करो क्या बात है गुथे हुए जिस्म ने कबूतर में वाह फोके कबूतर नहीं है ए तनु मैं एक चीज दसा ए जड़ा पार है ना ए पार नु असी बांके दा पार कहंदे हां लोकी फिरोजपुरी पार कहंदे के इस पार नु बांका जड़ा ना ए नहीं छड़दा ते बांका एक ऐसी ब्रीड है जिदे च दस खामियां ना मादी तुसी बांके नाल दस खामियां वाली पा दियो ते ओह कट देगा ओह खामियां सारियां ओहदे वट कट देगा सही गल है
लो जी असि अज खजाने च ही बने हुए हैं। तिलक देख लो इन्हां दे सब दे कबूतरबाजी दे खजाने च बने हुए हैं असि अज। नहीं साहब जी बस देख लो जी हुण तो क्या बात तौसिया दी जी वड्डी निशानी है कलसिरे कलदुबे वड्डे सिर बल्ले मत्थे नहीं होंगे। और लावर खान साहब इन्हों ज्यादा ना दिता सी काले चिट्टे मोती। काले चिट्टे मोतियां चिट्टे कबूतरां दी की हिस्ट्री है ये कबूतर जड़े ना जी ये हंसराज कबूतर ना ये भी माइग्रेटेड ना। अच्छा इन्हां च खान साहब ने दीवान साहब दे टुनिया कबूतर लै के ना क्रॉस पाए सन। दीवान साहब ने बांके लिए सन ये भी मैं दस दिया दीवान साहब भी कबूतर किसी ने देंदे नहीं सन होंगे वो बांके लैके तो उन्होंने एक्सचेंज किए तो वो क्रॉस नाल आ रहा इन्हां वो इन्हां दे नाल चलदा पे लुहाई मंगदे ना सवेरे लुहाई दे दियो टब रख के दो तीन पठे लाल अखा चाहन क्रॉस कर रहे सलेटी जेड़े सलेटी हीरा लाल ना हाँ। क्रॉस कर रहे ताकि इन्हों का रंग निखरे जरा निखरे खूबसूरत ही रहन। कबूतर प्रवास करके आए तो मुनसफ दी जान ते कड़े ना आए की ख्याल है सही गल है मैं तो यह चीज नहीं पसंद करता कबूतर उड़े खूबसूरत मुनसफ दी भी जान निकल जाए वो जाके दसे कि यार वो की कबूतर की कबूतर सन जाके अपने पीछे दसे तो सही ना। अच्छा ग्रुप भी तुसी सुनिया इंट्रोड्यूस करा रहे यस दिलावर खान साहब दे नाम ते एक ग्रुप असी बनाया है कोई 20-22 साडे मेंबर बन गए यार हुण साडी जिंदगी तो बाद दिलावर खान साहब दा नाम ते चले ना हां सही गल गल है होगी है कि इस वास्ते साडी मजबूरी सी ग्रुप बनाना ਕਿ ਹਰ ਸੀਜ਼ਨ ਉਹਨਾਂ ਦੇ ਨਾਂ ਤੇ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੀ ਲੈਗੇਸੀ ਨੂੰ ਕੋਈ ਉਹਨਾਂ ਦਾ ਬੱਚਾ ਲੈ ਕੇ ਚੱਲਦਾ ਪਿਆ ਅੱਗੇ ਹਾਂ ਫੈਸਲ ਹੈ ਬੇਟਾ ਉਹਨਾਂ ਦਾ ਫੈਸਲ ਉਹ ਕਿੱਥੇ ਉਹਨਾਂ ਦੀ ਉਹਦਾ ਮੇਰੀ ਉਮਰ ਚ ਕਾਫੀ ਛੋਟਾ ਹੈ ਤੇ ਉਹਦਾ ਘੱਟ ਹੀ ਹੈ ਕਿੱਥੇ ਰਹਾਇਸ਼ ਹੈਗੀ ਉਹਨਾਂ ਦੀ ਉੱਥੇ ਸਾਂਦੇ ਠੀਕ ਠੀਕ यार क्या बात है भी कबूतर अजा भी है ना सियालकोट ही कबूतर दें क्या कमा पता नहीं हूँ सियालकोट च भी है कि नहीं हाँ
40 50 ਸਾਲ ਤੋਂ ਤੇ ਬ੍ਰੀਡ ਅਸੀਂ ਸੰਭਾਲ ਕੇ ਚਲਾਉਂਦੇ ਆ ਪਿਆ ਤੇ ਸਹੀ ਗੱਲ ਹੈ ਲੇਕਿਨ ਦੇਖੋ ਇਹਨਾਂ ਨੂੰ ਇਹਨੇ ਬ੍ਰੀਡ ਨਹੀਂ ਹੋਣ ਦਿੱਤਾ ਸੀ ਇਹਨਾਂ ਦੇ ਸਾਈਜ਼ ਜਿਸਮ ਇਹਨਾਂ ਦਾ ਹੁਲੀਆ ਬਿਲਕੁਲ ਇਹ ਲਾਸਟ ਦੇ ਲੋ ਇਹਨੀ ਜੈਨੂਨ ਆਪਣੀ ਜਗ੍ਹਾ ਤੇ ਇਹ ਤਾਂ ਬਹੁਤ ਹੈ ਅੱਛਾ ਹਾਂ ਵਾਹ ਜੀ ਵਾਹ ਖਾਨ ਸਾਹਿਬ ਅਸੀਂ ਠੀਕ ਹੈ ਵੀ ਦਿਲੀ ਤੌਰ ਤੇ ਮੈਂ ਕਹਿੰਦਾ ਕਿ ਮੈਨੂੰ ਬਹੁਤ ਚਾਸ ਆਈ ਤੇ ਬਹੁਤ ਮਜ਼ਾ ਆਇਆ ਅੱਛਾ ਜੀ ਮਿਹਰਬਾਨੀ ਤੁਸੀਂ ਵੀ ਟਾਈਮ ਕੱਢਿਆ ਤੇ ਫਾਊਂਟੇਨ ਦੇ ਵਿੱਚ ਵੜ ਗਏ ਸੀ ਕਬੂਤਰਬਾਜ਼ੀ ਦੇ ਬਸ ਇਸੇ ਤਰ੍ਹਾਂ ਹੀ ਹੈ ਯਾਰ ਹੁਣ ਸਾਡਾ ਸ਼ੌਕ ਹੈ ਇਹ ਸਾਡੇ ਭਾਈ ਛੋਟਾ ਮੇਰਾ ਤੇ ਇਹ ਦੋਵਾਂ ਦਾ ਚੱਲਦਾ ਪਿਆ ਹੁਣ ਅੱਗੋਂ ਸਾਨੂੰ ਦਿਸਦਾ ਨਹੀਂ ਪਿਆ ਕਿੱਧਰ ਜਾਣਾ ਸ਼ੌਕ ਸਾਡੀ ਉਮਰਾਂ ਤੋਂ ਬਾਅਦ ਕਿਆ ਬਾਤ ਆਹਰ ਇੱਕ ਦਿਨ ਤਾਂ ਫੁੱਲ ਸਟਾਪ ਲੱਗਦਾ ਨਾ ਹਾਂ ਸਹੀ ਗੱਲ ਜਿਹੜਾ ਆਇਆ ਉਹਨੇ ਜਾਣਾ ਲਾਸਟ ਇੱਕ ਪੈਗਾਮ ਦੇ ਦੋ ਖੂਬਸੂਰਤ ਜਾਂ ਮਿੱਠਾ ਜਾਂ ਕਬੂਤਰਬਾਜ਼ ਭਰਾਵਾਂ ਲਈ ਪੈਗਾਮ ਦੇਖੋ ਜੀ ਪੈਗਾਮ ਬੜਾ ਇੱਕ ਸਿੱਧਾ ਜਿਹਾ ਹੈ ਕਿ ਕਬੂਤਰਬਾਜ਼ੀ ਇੱਕ ਸਮੁੰਦਰ ਹੈ ਕਬੂਤਰਬਾਜ਼ੀ ਇੱਕ ਸਮੁੰਦਰ ਹੈ ਕਬੂਤਰਬਾਜ਼ਾਂ ਨੂੰ ਇਸ ਫੀਲਡ ਵਿੱਚ ਜਿਹੜੇ ਹੈਗੇ ਨਾ ਉਹਨਾਂ ਨੂੰ ਚਾਹੀਦਾ ਇਹਨੂੰ ਜ਼ਰਾ ਵਾਸਟ ਸਟੱਡੀ ਕਰਨ ਵਸੀਹ ਤੌਰ 'ਤੇ ਦੇਖਣ ਕਬੂਤਰਬਾਜ਼ੀ ਕਿੱਥੋਂ ਸ਼ੁਰੂ ਹੋਈ ਕਿਹੜੀਆਂ ਨਸਲਾਂ ਚੱਲੀਆਂ ਇੱਕ ਟੈਡੀਆਂ ਤੱਕ ਮਹਦੂਦ ਨਾ ਰੱਖਣ ਆਪਣੇ ਆਪ ਨੂੰ ਹਾਂ ਅਗਰ ਟੈਡੀ ਉੱਡਦੇ ਨੇ ਤਾਂ ਇਹ ਵੀ ਉੱਡਦੇ ਨੇ ਸਹੀ ਗੱਲ ਟੈਡੀਆਂ ਨੂੰ ਵੀ ਇਹ ਕ੍ਰੋਸ ਦੇ ਮਹਤਾਜ ਨੇ ਹਾਂ ਉਹਨਾਂ 'ਚ ਵੀ ਇਹਨਾਂ ਦੇ ਹੀ ਕ੍ਰੋਸ ਹਾਂ ਇਹ ਜਿੰਨੀ ਸਟੱਡੀ ਕਰਨਗੇ ਉਹਨਾਂ ਦਾ ਸ਼ੌਕ ਉਹਨਾਂ ਦਾ ਅਸਟੈਬਲਿਸ਼ ਹੋਏਗਾ ਅੱਛਾ ਲੱਗੇਗਾ ਸਹੀ ਗੱਲ ਹੈ ਵਾਹ ਵਾਹ ਅਤੇ ਬਾਕੀ ਇਹਦੇ 'ਚ ਜ਼ਿਆਦਾ ਰਿਸਰਚ ਕਰਨ ਸਿਰਫ ਕਬੂਤਰ ਨੂੰ ਫੜ ਕੇ ਦੇਖਿਆ ਤੇ ਛੱਡ ਦਿੱਤਾ ਜੀ ਵਾਹ ਵਾਹ ਨਾਲ ਕਹਿਤਾ ਬਹੁਤ ਅੱਛਾ ਇਹ ਨਹੀਂ ਕਬੂਤਰਬਾਜ਼ੀ ਹੈਗੀ ਉਹਨਾਂ ਮੁਕੰਮਲ ਇੱਕ ਥਿਊਰੀ ਹੈ ਉਹਦੀ ਸਮਝ ਇਹਨੂੰ ਇਹਨੂੰ ਦੇਖਣ ਇਹਦਾ ਸਾਈਜ਼ ਕੀ ਹੋਣਾ ਚਾਹੀਦਾ ਪਰਵਾਜ਼ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਛੋਟਾ ਜਿਸਮ ਤੇ ਇੱਕ ਪਰਵਾਜ਼ ਦੇ ਦੇਗਾ ਦੋ ਦੇ ਦੇਗਾ ਤੀਸਰੀ ਨਹੀਂ ਦੇਗਾ ਹੁਣ ਛੋਟਾ ਵਜੂਦ ਲੋਕੀ ਪਤਾ ਨਹੀਂ ਕਿਹਨੂੰ ਕਹਿੰਦੇ ਨੇ ਜਾਂ ਅਸੀਂ ਕਿਹੜਾ ਕਹਿੰਦੇ ਹਾਂ ਇਹ ਹੁਣ ਉਹਨਾਂ ਦੀ ਆਪਣੀ ਸਮਝ ਹੈ ਇਸੇ ਤਰ੍ਹਾਂ ਹੀ ਇੱਕ ਦਰਮਿਆਨਾ ਵਜੂਦ ਕਹਿ ਲਓ ਕਬੂਤਰ ਉਹ ਹੋਵੇ ਜਿਹੜਾ ਚਾਰ ਕੁ ਮਾਰਾਂ ਖਾ ਲਵੇ ਤੁਹਾਡੀ ਸਹੀ ਗੱਲ ਫੈਂਟਾ ਹਾਂ ਇੱਕ ਮੈਂ ਹੋਰ ਕਹਾਂਗਾ ਕਬੂਤਰਬਾਜ਼ਾਂ ਨੂੰ ਜਿਹੜੇ ਉਡਾਣ ਵਾਲੇ ਨੇ ਕਿ ਕਬੂਤਰ 12 ਮਹੀਨੇ ਗੇੜੇ 'ਚ ਰੱਖਣ 12 ਮਹੀਨੇ ਕਲਿਪਿੰਗ ਆਪਣਾ ਖੱਪੇ ਪਾ ਕੇ ਰੱਖਣ ਕੱਟ ਕੇ ਰੱਖਣ ਜਾਂ ਜਿਸ ਤਰ੍ਹਾਂ ਜੋ ਮੌਸਮ ਹੈ ਉਹਦੇ ਮੁਤਾਬਕ 12 ਮਹੀਨੇ ਇਹਨੂੰ ਇੱਟ ਬਣਾ ਦੇਣ ਲੋਹਾ ਲੋਹਾ ਇਹਦੀ ਇਹ ਪ੍ਰੈਕਟਿਸ ਹੈ ਜਿੰਨੀ ਪ੍ਰੈਕਟਿਸ ਮੇਕਸ ਦੀ ਮੈਨ ਪਰਫੈਕਟ ਉਹ ਹਿਸਾਬ ਜਿੰਨੀ ਇਹਦੀ ਪ੍ਰੈਕਟਿਸ ਹੋਏਗੀ ਓਨਾ ਹੀ ਇਹ ਪਰਫੈਕਟ ਹੋਏਗਾ ਲੋਕੀ ਕਹਿੰਦੇ ਜੀ ਆਏ ਨਹੀਂ ਅੱਜ 3 ਨਹੀਂ ਆਏ 5 ਨਹੀਂ ਆਏ 10 ਇਹ ਪ੍ਰੈਕਟਿਸ ਨਹੀਂ ਹੈਗੀ ਪਿੱਛੇ ਪ੍ਰੈਕਟਿਸ ਤੁਹਾਡੀ ਹੋਏਗੀ ਤੇ ਤੁਸੀਂ ਅੱਗੇ ਪ੍ਰੈਕਟਿਸ ਦਿਓਗੇ ਨਾ ਵਾਹ ਜੀ ਵਾਹ ਵਾਹ ਜੀ ਵਾਹ ਤੁਸੀਂ ਐਜ਼ ਅ ਟਿਪ ਵੀ ਦੇਤੀ ਕੀ ਬਾਤ ਹੈ ਦੇਤੀ ਹੈ ਲੋ ਜੀ ਦੋਸਤੋ ਉਮੀਦ ਕਰਨਾ ਅੱਜ ਦਾ ਸ਼ੌਕ ਸ਼ਿਕਾਰ ਅੱਜ ਦਾ ਖੂਬਸੂਰਤ ਇੰਟਰਵਿਊ ਤੁਹਾਨੂੰ ਪਸੰਦ ਆਇਆ ਹੋਏਗਾ ਮਿਲਣੇ ਨਈ ਵੀਡੀਓ 'ਚ ਨਏ ਸ਼ੌਕ ਦੇ ਨਾਲ ਖੁਦਾ ਹਾਫਿਜ਼